ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਆ ਜੀ ਮੈਂ 2011 ਤੋਂ ਇਸ ਹਸਪੀਟਲ ਦੇ ਨਾਲ ਇਸ ਸੰਸਥਾ ਦੇ ਨਾਲ ਜੁੜਿਆ ਇਸ ਪ੍ਰੋਗਰਾਮ ਦੇ ਨਾਲ ਥੋੜਾ ਜਿਹਾ ਮੈਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਦੱਸ ਦਾਂਗਾ ਫਿਰ ਆਪਾਂ ਗੱਲਾਂ ਬਾਤਾਂ ਦਾ سلسلہ ਜਿਹੜਾਗਾ ਜਾਰੀ ਰੱਖਾਂਗੇ ਮੈਂ 2011 ਦੇ ਵਿੱਚ ਇਸ ਹਸਪੀਟਲ ਦੇ ਵਿੱਚ ਇੱਕ ਆਮ ਪੇਸ਼ੈਂਟ ਦੀ ਤਰ੍ਹਾਂ ਆਇਆ ਸੀਗਾ ਆਪਾਂ ਮੈਂ ਨਸ਼ੇ ਕਰਦਾ ਸੀਗਾ ਤੇ ਮੈਂ ਨਸ਼ਿਆਂ ਦਾ ਟਰੀਟਮੈਂਟ ਕਰਾਉਣ ਇੱਥੇ ਆਇਆ ਸੀਗਾ ਤੇ ਮੇਰੀ ਫੋਕਸ ਇਹ ਸੀਗੀ ਕਿ ਵੱਡੇ ਵੱਡੇ ਜਿਹੜੇ ਨਸ਼ੇ ਕਰਦੇ ਆ ਉਹ ਛੱਡ ਦਾਂਗੇ ਤੇ ਸ਼ਰਾਬ ਪੀਆ ਕਰਾਂਗੇ ਕੱਲੀ ਫੋਕਸ ਇਹ ਸੀਗਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਸ਼ਰਾਬ ਜਿਹੜਾ ਵਾ ਇਹ ਤੇ ਇੱਕ ਪਬਲਿਕ ਡਰਿੰਕ ਆ ਇਹ ਪੀਆ ਕਰਾਂਗੇ ਕਿਉਂਕਿ ਉਦੋਂ ਮੈਂ ਇਸ ਤਰ੍ਹਾਂ ਦਾ ਵੀ ਨਹੀਂ ਸੀਗਾ ਉਦੋਂ ਮੇਰੇ ਬੁੱਦੇ ਬੁੱਦੇ ਮੈਂ ਮੁੰਨੇ ਹੀ ਸਭ ਐਂ ਬਸ ਇਸ ਤਰ੍ਹਾਂ ਦੇ ਹੀ ਮਤਲਬ ਜਾਣੋ ਚੁੱਕੇ ਹੋਏ ਜਿੰਨੂੰ ਕਹਿਦੀਦਾ ਤੇ ਮੈਂ ਨਾ ਡੇਲੀ ਸ਼ਕਲ ਆਪਣੀ ਸ਼ੀਸ਼ੇ 'ਚ ਵੇਖਦਾ ਹਾਂ ਤੇ ਤੁਸੀਂ ਯਕੀਨ ਕਰਕੇ ਜਾਣਿਓ ਜੇ ਮੈਨੂੰ ਕਦੀ ਆਪਣੀ ਸ਼ਕਲ ਨਹੀਂ ਚੰਗੀ ਲੱਗਦੀ ਦਿਨ ਆਈ ਨੂੰ ਜਾ ਕੇ ਮੈਂ ਕਹਦੇ ਕਦੀ ਕਹਿਣਾ ਇਸ ਤਰ੍ਹਾਂ ਦੀ ਦਾੜੀ ਰੱਖਦੇ ਕਦੀ ਕਹਿਣਾ ਇਸ ਤਰ੍ਹਾਂ ਦੀ ਦਾੜੀ ਰੱਖਦੇ ਕਦੀ ਵਾਲ ਐ ਨੂੰ ਕਰਾ ਲੈਣੇ ਕਦੀ ਐ ਨੂੰ ਕਰਾ ਲੈਣੇ ਕਦੀ ਲੰਮੇ ਰੱਖ ਲੈਣੇ ਕਦੀ ਨਿੱਕੇ ਰੱਖ ਲੈਣੇ ਕਦੀ ਬਿਲਕੁਲ ਹੀ ਮਸ਼ੀਨ ਲਵਾ ਲੈਣੀ ਵੀ ਮਤਲਬ ਮੈਨੂੰ ਲੱਗਣਾ ਕਿ ਆਹ ਲੁੱਕ ਨਹੀਂ ਜੱਚੀ ਆਹ ਲੁੱਕ ਨਹੀਂ ਜੱਚੀ ਪਰ ਅੱਜ ਜਦੋਂ ਮੈਂ ਸ਼ੀਸ਼ੇ ਦੇ ਵਿੱਚ ਦਸਤਾਰ 'ਚ ਜਾ ਕੇ ਆਪਣੀ ਲੁੱਕ ਵੇਖਦਾ ਤੇ ਮੈਂ ਕਹਿੰਦਾ ਯਾਰ ਆਹ ਸਭ ਤੋਂ ਟੌਪ ਦੀ ਲੁੱਕ ਆ ਜਿਹੜੀ ਮੈਂ ਸਾਰੀ ਜ਼ਿੰਦਗੀ ਲ ਤੇ ਲੱਭੀ ਕਿਦੋਂ ਜਾ ਕੇ ਸਭ ਤੋਂ ਅਖੀਰ ਤੇ ਜਾ ਕੇ ਤੇ ਕਹਿੰਦੇ ਆ ਕਿ ਜਦੋਂ ਲੱਭ ਜੇ ਚੀਜ਼ ਉਦੋਂ ਹੀ ਸ਼ੁਰੂਆਤ ਹੋ ਜਾਂਦੀ ਆ ਤਾਂ ਮੇਰੀ ਸ਼ੁਰੂਆਤ ਅੱਜ ਤੋਂ ਹੀ ਆ 2011 ਦੇ ਵਿੱਚ ਮੇਰੀ ਜਦੋਂ ਇਸ ਹਸਪਤਾਲ ਦੇ ਵਿੱਚ ਸ਼ੁਰੂਆਤ ਹੋਈ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਜ਼ਿੰਦਗੀ ਇੰਨੀ ਬਦਲਣ ਵਾਲੀ ਆ ਮੈਨੂੰ ਨਹੀਂ ਸੀ ਪਤਾ ਇਹ ਇੱਕ ਐਸੀ ਜਗਾ ਸੀ ਜਿੱਥੇ ਆ ਕੇ ਮੈਂ ਪਹਿਲੀ ਵਾਰੀ ਇਨ੍ਹਾਂ ਮੀਟਿੰਗਾਂ ਦੇ ਵਿੱਚ ਬਹਿ ਕੇ ਮਹਿਸੂਸ ਕੀਤਾ ਕਿ ਯਾਰ ਮੈਂ ਮਾੜਾ ਬੰਦਾ ਨਹੀਂ ਆ ਮੈਂ ਇੱਕ ਹਿਊਮਨ ਆ ਮੈਂ ਇੱਕ ਇਨਸਾਨ ਆ ਮੈਂ ਕ੍ਰਿਮੀਨਲ ਨਹੀਂ ਆ ਜਦ ਕਿ ਮੈਂ ਬਾਹਰ ਜਦੋਂ ਦੁਨੀਆ ਦੇ ਵਿੱਚ ਵਿਚਰਦਾ ਸੀਗਾ ਤਾਂ ਮੈਨੂੰ ਹਮੇਸ਼ਾ ਤੇ ਹਮੇਸ਼ਾ ਆਪਣਾ ਆਪ ਬੜਾ ਛੋਟਾ ਮਹਿਸੂਸ ਹੁੰਦਾ ਸੀਗਾ ਬੜਾ ਘਟਿਆ ਮਹਿਸੂਸ ਹੁੰਦਾ ਸੀਗਾ ਇੰਜ ਲੱਗਦਾ ਸੀ ਕਿ ਪਤਾ ਨਹੀਂ ਮੇਰੀ ਜ਼ਿੰਦਗੀ ਐ ਨਰਕ ਵਾਲੀ ਰੈਣੀ ਖਣੀ ਸਾਰੀ ਕਿਤੇ ਨਹੀਂ ਛੁੱਟਣਾ ਤੇ ਜੇ ਕਿਸੇ ਨੇ ਪੁੱਛ ਵੀ ਲੈਣਾ ਕਿ ਯਾਰ ਤੇਰੀ ਕਦੀ ਫੀਮ ਛੁੱਟ ਜੂਗੀ ਤੇ ਮੈਂ ਕਹਾਂਾ ਨਹੀਂ ਯਾਰ ਇਹ ਨਹੀਂ ਛੁੱਟਣੀ ਇਹ ਤੇ ਜਦੋਂ ਆਪਾਂ ਮਰਾਂਗੇ ਨਾਲ ਹੀ ਉੱਥੇ ਹੀ ਸਾੜਨੀ ਫੂਕਣੀ ਪੈਣੀ ਆ ਇਹ ਨਹੀਂ ਲਖਣੀ ਗਲੋਂ ਇਹ ਹੁਣ ਪੱਕਾ ਕੋੜ ਜਿਹੜਾ ਵਾ ਇਹ ਨਸ਼ਾ ਜਿਹੜਾ ਵਾ ਇਹ ਗਲ ਪੈ ਗਿਆ ਇਹ ਹੱਡਾਂ 'ਚ ਰਚ ਗਈ ਆ ਜਿਵੇਂ ਚਮਕੀਲਾ ਕਹਿੰਦਾ ਨਾ ਹੱਡਾਂ 'ਚ ਰਚ ਗਈ ਆ ਹੁਣ ਕੋਈ ਅਮਲੀ ਦਾ ਡੰਗ ਸਾਰੋ ਇਹ ਉਤਰਾ ਹੀ ਸੋਚੀਦਾ ਵੀ ਰਚ ਗਈ ਆ ਇਹ ਹੁਣ ਗਾਂ ਜਦੋਂ ਜਹਾਨੋ ਜਾਵਾਂਗੇ ਉਦੋਂ ਹੀ ਜਾਊਗੀ ਪਰ ਨਹੀਂ ਹੋਇਆ ਬਿਲਕੁਲ ਇਹਦੇ ਉਲਟ ਜਦੋਂ ਮੈਂ ਇੱਥੇ ਆਇਆ ਮੈਨੂੰ ਲੱਗਦਾ ਹੈ ਕਿ ਜੇ ਉਹ ਫੀਲਿੰਗ ਮੈਂ ਮਹਿਸੂਸ ਕੀਤੀ ਆ ਕਿਤੇ ਨਾ ਕਿਤੇ ਉਹ ਫੀਲਿੰਗ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਜੇ ਮੈਨੂੰ ਜਿਹੜੀ ਫੀਲਿੰਗ ਆਈ ਹੀ ਜਦੋਂ ਮੈਂ ਕਿਸੇ ਨਵੇਂ ਬੰਦੇ ਨੂੰ ਮਿਲਦਾ ਵਾਂ ਤੇ ਮੈਂ ਉਹਨੂੰ ਇੱਕੋ ਹੀ ਗੱਲ ਪੁੱਛਦਾ ਵਾਂ ਕਿ ਕੀ ਲੱਗਦਾ ਵੀਰ ਜੀ ਗੱਲ ਬਣ ਜੂਗੀ ਤੇ ਉਹ ਕਹਿੰਦਾ ਵਾ ਲੱਗਦਾ ਹੈ ਗੱਲ ਬਣ ਜੂਗੀ ਮਤਲਬ ਕਿ ਬੰਦਾ ਇੰਨਾ ਟੁੱਟਿਆ ਡਿੱਗਿਆ ਹੁੰਦਾ ਕਿ ਉਹਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਪਰ ਮੈਂ ਉਹ ਵਿਸ਼ਵਾਸ ਦੀ ਗੱਲ ਕਰਦਾ ਵਾਂ ਜਿਹੜਾ ਵਿਸ਼ਵਾਸ ਬਾਬਾ ਜੀ ਨੇ ਸਾਡੀ ਝੋਲੀ ਚ ਪਾ ਕੇ ਸਾਨੂੰ ਇਸ ਦੁਨੀਆ ਚ ਭੇਜਿਆ ਵਾ ਜਿੰਨੂੰ ਕਹਿੰਦੇ ਆ ਬਣੂਗੀ ਹੀ ਬਣੂਗੀ ਗੱਲ ਬਣ ਜੂਗੀ ਭਾਜੀ 100% ਗੱਲ ਬਣੂਗੀ ਐਤਕੀ ਗੱਲ ਬਣਵਾਏ ਬਿਨਾ ਮੈਂ ਜਾਣਾ ਨਹੀਂ ਮੈਂ ਆਪਣੇ ਗੁਰੂ ਦੇ ਪੈਰਾਂ ਦੇ ਵਿੱਚ ਵਿਛ ਜਾਣਾ ਵਾ ਕਿ ਬਾਬਾ ਜੀ ਮੈਨੂੰ ਤੇ ਤਾਰ ਦੋ ਐਤਕੀ ਮੈਂ ਬਸ ਆ ਗਿਆ ਤੁਹਾਡੇ ਤੁਸੀਂ ਤੇ ਇੰਨੀ پاک ਪਵਿੱਤਰ ਜਗ੍ਹਾ ਦੇ ਉੱਤੇ ਬੈਠੇ ਹੋ ਇਹ ਗੁਰੂ ਰਾਮਦਾਸ ਜੀ ਨੇ ਆਪਣੇ ਹੱਥਾਂ ਦੇ ਨਾਲ ਇਹਦਾ ਇੱਕ ਇੱਕ ਕਣ ਜਿਹੜਾ ਵਾ ਉਹ ਵਸਾਇਆ ਵਾ ਤੁਸੀਂ ਇੰਨੀ پاک ਪਵਿੱਤਰ ਥਾਂ ਦੇ ਉੱਤੇ ਹੋ ਕੱਲਾ ਪਵਿੱਤਰ ਉਹੀ ਥਾਂ ਨਹੀਂ ਆ ਜਿੱਥੇ ਤੁਸੀਂ ਗੋਲਡਨ ਟੈਂਪਲ ਜਾਂਦੇ ਹੋ ਇਹਦਾ ਪੂਰਾ ਆਲਾ ਦਵਾਲਾ ਇਹਦਾ ਪੂਰਾ ਚੁਗਿਰਦਾ ਜਿਹੜਾ ਵਾ ਇਹ ਪਾਕ ਪਵਿੱਤਰ ਆ ਤਾਂ ਹੀ ਤੇ ਇਹ ਇਲਾਜ ਇਹ ਟ੍ਰੀਟਮੈਂਟ ਇੰਨਾ ਸੰਭਵ ਆ ਜਦੋਂ ਮੈਂ ਟੁੱਟਿਆ ਬੜਾ ਸੀ ਨਾ ਮੈਂ ਗੁਰੂ ਰਾਮਦਾਸ ਦੇ ਚਰਨਾਂ ਤੇ ਜਾ ਕੇ ਇੱਕੋ ਹੀ ਬੇਨਤੀ ਕੀਤੀ ਮੈਂ ਕਿਹਾ ਸੱਚੇ ਪਾਤਸ਼ਾਹ ਕਿਉਂਕਿ ਹਾਲ ਪਤਾ ਕੀ ਹੋ ਗਿਆ ਸੀਗਾ ਹਾਲ ਇਹ ਹੋ ਗਿਆ ਹੈ ਕਿ ਕਰੀਦਾ ਵੀ ਸੀ ਤੇ ਹੁੰਦਾ ਨਹੀਂ ਨਸ਼ਾ ਕਰਦੇ ਹਾਂ ਪਰ ਨਸ਼ਾ ਹੁੰਦਾ ਨਹੀਂ ਸੀ ਹੁਣ ਇੰਨਾ ਕੁ ਕਰ ਚੁੱਕੇ ਹਾਂ ਕਿ ਮਾਚੀ ਮਰ ਗਿਆ ਹੀ ਮਤਲਬ ਕਰਨ ਤੋਂ ਬਾਅਦ ਇੱਕ ਵੋਮਟਿੰਗ ਵਾਲੀ ਫੀਲਿੰਗ ਰਹਿਣੀ ਸਾਰੀ ਦਿਹਾੜੀ ਉਲਟੀ ਵਾਲੀ ਫੀਲਿੰਗ ਰਹਿਣੀ ਤਾਂ ਨਸ਼ਾ ਵੀ ਨਹੀਂ ਹੋਣਾ ਕਿੰਨਾ ਕੁ ਛੁੱਟੀ ਜਾਵਾਂਗੇ ਅੰਦਰ ਜੋ ਜਿਹਦੇ ਨਾਲ ਹੋਵੇ ਤੇ ਕਿੰਨਾ ਕੁ ਇੱਕ ਚੀਜ਼ ਬੜੀ ਚੁਬਦੀ ਹੀ ਕਿ ਸਾਰੀ ਦਿਹਾੜੀ ਕੀਤੀ ਮਿਹਨਤ ਦੀ ਕਮਾਈ ਟੱਠੇ ਖੂਚ ਹੀ ਪੈ ਜਾਂਦੀ ਹੈ ਸਾਰੀ ਦਿਹਾੜੀ ਜਿੰਨੇ ਪੈਸੇ ਕਮਾਉਣੇ ਮੈਂ ਮਿਹਨਤ ਕਰਨ ਵਾਲਾ ਮੁੰਡਾ ਹਾਂ ਪਹਿਲਾਂ ਤੇ ਮੈਂ ਆਪਣੀ ਪੜ੍ਹਾਈ ਲਿਖਾਈ ਸਾਰੀ ਖਰਾਬ ਕਰ ਬੈਠਾ ਨੌਕਰੀ ਖਰਾਬ ਕਰ ਬੈਠਾ ਮੈਂ ਮਿਹਨਤ ਵਾਲਾ ਮੁੰਡਾ ਹਾਂ ਇੰਨੀ ਮੁਸ਼ਕਲ ਨਾਲ ਆਪਣਾ ਕੰਮਕਾਰ ਸੈੱਟ ਕੀਤਾ ਸੀ ਤੇ ਮੇਰੀ ਸਾਰੀ ਦੀ ਸਾਰੀ ਕਮਾਈ ਜਿਹੜੀ ਹੀ ਉਹ ਧੂੜ ਮਿੱਟੀ ਦੇ ਵਿੱਚ ਹੀ ਜਾਈ ਜਾਣ ਦੀ ਸੀ ਪਰ ਮੈਂ ਫਿਰ ਵਾਪਸ ਆਵਾ ਉਸ ਗੱਲ ਦੇ ਉੱਤੇ ਇੱਥੇ ਜਦੋਂ ਮੈਂ ਆਇਆ ਮੈਨੂੰ ਸੱਚੀ ਗੌਰ ਵਾਲੀ ਉਹ ਫੀਲਿੰਗ ਆਈ ਕਿ ਯਾਰ ਇਹ ਉਹ ਥਾਂ ਵਾਂ ਜਿੱਥੇ ਤੇਰੀ ਗੱਲ ਬਣਨੀ ਆ ਜਦੋਂ ਮੈਂ ਡਾਕਟਰ ਨੂੰ ਪਹਿਲੀ ਵਾਰੀ ਮਿਲਿਆ ਨਾ ਤੇ ਮੈਨੂੰ ਇੱਕ ਵਿਸ਼ਵਾਸ ਦੀ ਕਣ ਅੰਦਰ ਆ ਗਿਆ ਕਿ ਇਹ ਡਾਕਟਰ ਨੇ ਮੈਨੂੰ ਠੀਕ ਕਰ ਦੇਣਾ ਔਰ ਕਰ ਵੀ ਦਿੱਤਾ ਪਰ ਮਿਹਨਤ ਕਿੰਨੇ ਕੀਤੀ ਡਾਕਟਰ ਨੇ ਨਹੀਂ ਮਿਹਨਤ ਮੈਂ ਕੀਤੀ ਹਾਂ ਡਾਕਟਰ ਨੂੰ ਇਹਦਾ ਸ਼ਰੇਹ ਜਾਂਦਾ ਵਾ ਕਿ ਡਾਕਟਰ ਨੇ ਮੇਰੀ ਮਦਦ ਕੀਤੀ ਮੇਰੀ ਮਦਦ ਕੀਤੀ ਮਦਦ ਵੀ ਉਸ ਉਸ ਟਾਈਮ ਦੇ ਉੱਤੇ ਕੀਤੀ ਜਿਹੜੇ ਜਿਹੜੇ ਟਾਈਮ ਦੇ ਉੱਤੇ ਵਾਕਈ ਮੈਨੂੰ ਸਪੋਰਟ ਦੀ ਲੋੜ ਸੀ ਇੱਕ ਦਿਨ ਤਿੰਨ ਕਿ ਚਾਰ ਸਾਲ ਮੈਂ ਦਵਾਈ ਖਾਦੀ ਮੈਨੂੰ ਯਾਦ ਹੈ ਉਹ ਦਵਾਈ ਅੰਦਰੋਂ ਮਿਲਦੀ ਹੁੰਦੀ ਸੀ ਤੇ ਮੈਂ ਨਾ ਦਵਾਈ ਵਾਲੇ ਕਾਊਂਟਰ ਦੇ ਉੱਤੇ ਗਿਆ ਲਾਸਟ ਸਮੇਂ ਤੇ ਉੱਤੇ ਮੇਰੀ 22 ਰੁਪਏ ਦੀ ਦਵਾਈ ਹੁੰਦੀ ਸੀ ਪੁਰਾਣੇ ਸਮਿਆਂ ਦੀ ਗੱਲ ਲੱਗਦੀ ਹੈ ਨਾ 22 ਰੁਪਏ ਦੀ ਦਵਾਈ ਹੁੰਦੀ ਸੀ ਮੇਰੀ ਜਦੋਂ ਮੇਰਾ ਦਵਾਈ ਖਾਣ ਦਾ ਖੀਰਲਾ ਟਾਈਮ ਜਾਣ ਰਿਹਾ ਸੀ ਤੇ ਮੇਰੀ 22 ਰੁਪਏ ਦੀ ਦਵਾਈ ਹੁੰਦੀ ਤੇ ਮੈਂ ਕਾਊਂਟਰ ਦੇ ਉੱਤੇ ਗਿਆ 100 ਰੁਪਏ ਦਾ ਨੋਟ ਮੇਰੇ ਹੱਥੇ ਤੇ ਮੈਂ ਸਤਿ ਸ਼੍ਰੀ ਅਕਾਲ ਬੁਲਾਈ ਥੱਲੇ ਜਿਹੜੇ ਭੈਣ ਜੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਆ ਮੇਰੀ ਦਵਾਈ ਦੇ ਦਿਓ ਕਹਿੰਦੇ ਤੇਰੀ ਦਵਾਈ ਬੰਦ ਹੋ ਗਈ ਅੱਜ ਤੋਂ ਕਾਊਂਟਰ ਤੋਂ ਲੈ ਕੇ ਗੇਟ ਤੱਕ ਮੇਰੀਆਂ ਅੱਖਾਂ ਦੇ ਅਥਰੂ ਨਹੀਂ ਰੁਕੇ ਕਿਉਂ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਨੂੰ ਭਾਗ ਲੱਗਦੇ ਆ ਤੁਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਤੁਸੀਂ ਆਪਣੀ ਫੀਲਿੰਗ ਕਿਸੇ ਨੂੰ ਦੱਸ ਨਹੀਂ ਸਕਦੇ ਉਹ ਤੋਂ ਪਹਿਲਾਂ ਟੀਕਾ ਲੱਗਦਾ ਹੁੰਦਾ ਹੀ ਹਰ ਹਫ਼ਤੇ ਜਦੋਂ ਮੈਂ ਆਉਣਾ ਟੀਕਾ ਲੱਗਣਾ ਇੱਥੇ ਟੀਕਾ ਲੱਗਣਾ ਤੇ ਡਾਕਟਰ ਸਾਹਿਬ ਨੇ ਨਾ ਇੱਕ ਵਾਰੀ ਕਹਿਤਾ ਮੈਂ ਪਿੱਛੇ ਜਾ ਕੇ ਲੰਮੇ ਪੈ ਗਿਆ ਆਪਣੀ ਰੁਟੀਨ ਦੇ ਹਿਸਾਬ ਨਾਲ ਮੈਂ ਡਿੱਕੀ ਜਾਵਾਂ ਮੈਂ ਕਿਹਾ ਡਾਕਟਰ ਆਇਆ ਨਹੀਂ ਟੀਕਾ ਲਾਉਣ ਉਹ ਮੈਂ ਪਿੱਛੇ ਜਾ ਕੇ ਤੇ ਆ ਪੈਂਟ ਖੋਲ ਕੇ ਪਿਆ ਡਾਕਟਰ ਸਾਹਿਬ ਲਾ ਗੋ ਲਾਂਗੇ ਮੈਂ ਕਿਹਾ ਡਾਕਟਰ ਸਾਹਿਬ ਟੀਕਾ ਨਹੀਂ ਲਾਉਣਾ ਕਹਿੰਦੇ ਟੀਕਾ ਤੇਰਾ ਬੰਦ ਹੋ ਗਿਆ ਉਹ ਵੀ ਫੀਲਿੰਗ ਆਲਾ ਜ਼ਬਰਦਸਤ ਦਿਨ ਹੀ ਮੇਰਾ ਤੋਂ ਇੱਕ ਇੱਕ ਉਪਲਬਧੀ ਤੁਹਾਡੀ ਤੁਹਾਨੂੰ ਕਿਤੋਂ ਕਿਤੇ ਲੈ ਕੇ ਜਾਂਦੀ ਆ ਤੁਹਾਡੇ ਅੰਦਰ ਉਹ ਖੁਸ਼ੀ ਦੀ ਲੋ ਪੈਦਾ ਕਰਦੀ ਆ ਜਿਹੜੀ ਤੁਸੀਂ 24 ਘੰਟੇ ਲੱਭਦੇ ਰਹਿੰਦੇ ਹੋ ਜਿਹੜੀ ਤੁਹਾਨੂੰ ਅੱਜ ਦੀ ਜ਼ਿੰਦਗੀ ਜਿਹੜੀ ਮੇਰੀ ਤੁਸੀਂ ਵੇਖੋ ਨਾ ਉਤਸ਼ਾਹ ਨਾਲ ਭਰੀ ਆ ਜਬਰਦਸਤ ਫੀਲਿੰਗਾਂ ਸ਼ਾਇਦ ਨਸ਼ੇ ਦੇ ਨਾਲ ਉਨੀ ਫੀਲਿੰਗ ਨਹੀਂ ਆ ਸਕਦੀ ਚਾਹੇ ਉਹ ਪੈਸਾ ਕਮਾਉਣ ਵਕਤ ਹੋਵੇ ਚਾਹੇ ਉਹ ਸਵੇਰੇ ਉੱਠਣ ਵਕਤ ਹੋਵੇ ਚਾਹੇ ਉਹ ਰਾਤੀ ਸੌਣ ਵਕਤ ਹੋਵੇ ਚਾਹੇ ਉਹ ਖਾਣਾ ਖਾਣ ਵਕਤ ਹੋਵੇ ਚਾਹੇ ਉਹ ਗੱਡੀ ਚਲਾਉਣ ਵਕਤ ਹੋਵੇ ਹਰ ਵਕਤ ਮੇਰੇ ਮੂੰਹ ਦੇ ਉੱਤੇ ਸ਼ੁਕਰਾਨਾ ਰਹਿੰਦਾ ਸ਼ੁਕਰ ਮਾਲਕਾ ਸ਼ੁਕਰ ਮਾਲਕਾ ਸ਼ੁਕਰ ਮਾਲਕਾ ਮੈਂ ਇੰਨਾ ਸ਼ੁਕਰ ਕਰਦਾ ਮਾਲਕ ਦਾ ਮਾਲਕਾ ਸ਼ੁਕਰ ਹੈ ਤੇਰਾ ਜਦ ਕਿ ਮੈਨੂੰ ਇੰਜ ਲੱਗਦਾ ਹੁੰਦਾ ਸੀਗਾ ਕਿ ਯਾਰ ਥੋੜੇ ਚਿਰ ਦੇ ਅੰਦਰ ਅੰਦਰ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਆ ਸ਼ਾਇਦ ਪਰ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਨਵਾਂ ਬਦਲਾਅ ਆਇਆ ਫਿਰ ਮੈਂ ਗੱਲ ਵਾਪਸ ਉੱਥੇ ਲੈ ਕੇ ਜਾਵਾਂ ਜਦੋਂ ਮੈਂ ਇੱਥੇ ਆਇਆ ਤਾਂ ਮੇਰੇ ਅੰਦਰ ਉਹ ਪਹਿਲੀ ਲੋ ਜਗੀ ਕਿ ਯਾਰ ਹਾਂ ਹਾਂ ਯਾਰ ਹਾਂ ਇਹ ਮੌਕਾ ਮੈਨੂੰ ਕਦੀ ਜ਼ਿੰਦਗੀ ਦੇ ਵਿੱਚ ਛੱਡਣਾ ਨਹੀਂ ਚਾਹੀਦਾ ਇਹ ਮੌਕਾ ਮੈਨੂੰ ਅਚੀਵ ਕਰਨਾ ਚਾਹੀਦਾ ਇਹ ਮੌਕਾ ਮੇਰੇ ਵਾਸਤੇ ਵਾਹਿਗੁਰੂ ਨੇ ਬਖਸ਼ਿਆ ਇਹ ਮੌਕਾ ਮੈਨੂੰ ਮਿਲਿਆ ਇਹ ਮੌਕਾ ਮੈਨੂੰ ਬਾਰ-ਬਾਰ ਨਹੀਂ ਮਿਲਣਾ ਇਹ ਮੌਕਾ ਮੈਂ ਹੱਥੋਂ ਜਾਣ ਨਹੀਂ ਦੇਣਾ ਉਸ ਮੌਕੇ ਨੂੰ ਮੈਂ ਐਡਾ ਭੁੱਖਿਆ ਵਾਂਗੂ ਦੋਨੋਂ ਹੱਥਾਂ ਦੇ ਨਾਲ ਦਬੋਚ ਲਿਆ ਕਿ ਨਹੀਂ ਇਹ ਮੌਕਾ ਮੈਂ ਆਪਣੇ ਹੱਥੋਂ ਕਿਸੇ ਕੀਮਤ ਤੇ ਕਿਸੇ ਸ਼ਰਤ ਤੇ ਕਿਸੇ ਵੀ ਗੱਲ ਦੇ ਨਾਲ ਇਹ ਮੌਕਾ ਮੈਂ ਆਪਣੇ ਹੱਥੋਂ ਨਹੀਂ ਜਾਣ ਦੇਣਾ ਅਗਰ ਇਹ ਮੌਕਾ ਮੇਰੇ ਹੱਥੋਂ ਚਲਾ ਗਿਆ ਮੈਨੂੰ ਦੁਬਾਰਾ ਦੂਸਰਾ ਮੌਕਾ ਕਦੀ ਜ਼ਿੰਦਗੀ ਦੇ ਵਿੱਚ ਨਹੀਂ ਮਿਲਣਾ ਔਰ ਉਹ ਮੌਕਾ ਉਹ ਲੋਕ ਉਹ ਲੋਕ ਜਿਹੜੇ ਮੈਨੂੰ ਛੱਡ ਗਏ ਸੀ ਉਹ ਲੋਕ ਜਿਹੜੇ ਲੋਕ ਮੇਰੇ ਤੋਂ ਦੂਰ ਹੋ ਗਏ ਸੀ ਜਿਹੜੇ ਮੇਰੇ ਪਰਛਾਵੇਂ ਤੋਂ ਡਰਦੇ ਸੀਗੇ ਉਹ ਅੱਜ ਤਰਸਦੇ ਆ ਮੇਰੀ ਇੱਕ ਝਲਕ ਲਈ ਇਹਦੇ ਵਿੱਚ ਕੋਈ ਹੰਕਾਰ ਵਾਲੀ ਗੱਲ ਨਹੀਂ ਆ ਇਹ ਮੇਰੀ ਮਿਹਨਤ ਆ ਉਹ ਲੋਕ ਸੋਚਦੇ ਆ ਕਿ ਸਾਡੇ ਬੱਚੇ ਦੇ ਨਾਲ ਇਹ ਬੰਦਾ 5 ਮਿੰਟ ਬੈਠੇ ਸਾਡੇ ਬੱਚੇ ਨਾਲ ਗੱਲ ਕਰੇ ਇਹਦੀ ਸੰਗਤ ਹੋਵੇ ਸਾਡੇ ਬੱਚੇ ਨਾਲ ਔਰ ਐਗਜ਼ਾਮਪਲਾਂ ਦਿੰਦੇ ਆ ਸਾਡੇ ਤੁਸੀਂ ਮਹੱਲੇ ਦੇ ਵਿੱਚ ਆਓ ਕਿਤੇ ਜੇ ਕੋਈ ਸਾਡੇ ਮਹੱਲੇ ਦਾ ਬੰਦਾ ਆਊਗਾ ਤੁਹਾਨੂੰ ਜਿਹੜਾ ਵੀ ਪੇਰੈਂਟਸ ਮਿਲੂਗਾ ਉਹ ਇਹੀ ਗੱਲ ਕਹੂਗਾ ਕਿ ਇਹ ਬੱਚਿਆਂ ਦੀ ਐਗਜ਼ਾਮਪਲ ਆ ਇਹ ਬੱਚੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਤਕੜਾ ਬਦਲਾਅ ਕੀਤਾ ਤੁਸੀਂ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਆ ਮੈਂ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਔਰ ਇਹ ਬੜਾ ਸਿੰਪਲ ਬੜਾ ਸੌਖਾ ਤੁਸੀਂ ਯਕੀਨ ਕਰਕੇ ਜਾਣਿਓ ਜੇ ਜਿੱਡਾ ਸੌਖਾ ਇਸ ਬਿਮਾਰੀ ਦਾ ਇਲਾਜ ਜੇ ਨਾ ਕਿਸੇ ਬਿਮਾਰੀ ਦਾ ਇਲਾਜ ਓਡਾ ਸੌਖਾ ਨਹੀਂ ਜੇ ਵੈਰੀ ਵੈਰੀ ਸਿੰਪਲ ਜਿੱਡੀ ਖਤਰਨਾਕ ਇਹ ਬਿਮਾਰੀ ਆ ਇਹਦਾ ਇਲਾਜ ਓਡਾ ਹੀ ਸੌਖਾ ਇਹਦਾ ਇਲਾਜ ਬੜਾ ਸਿੰਪਲ ਆ ਇਹਦਾ ਇਲਾਜ ਦੇ ਵਿੱਚ ਜਿਹੜਾ ਪਹਿਲੀ ਟਰਮ ਆ ਨਾ ਉਹ ਇਹ ਟਰਮ ਆ ਕਿ ਤੁਸੀਂ ਪਛਾਣ ਲਓ ਕਿ ਤੁਹਾਨੂੰ ਹੋਇਆ ਕੀ ਆ ਜੇ ਤੁਸੀਂ ਮੰਨਣਾ ਹੀ ਨਹੀਂ ساری ਜ਼ਿੰਦਗੀ ਕਿ ਮੈਨੂੰ ਕੁਝ ਹੋਇਆ ਵਾ ਮੈਨੂੰ ਕੁਝ ਹੋਇਆ ਨਹੀਂ ਆ ਤੇ ਫਿਰ ਇਲਾਜ ਕਿ ਤਰ੍ਹਾਂ ਸ਼ੁਰੂ ਹੋਊਗਾ ਸਭ ਤੋਂ ਪਹਿਲਾਂ ਮੈਨੂੰ ਇਹ ਮੰਨਣਾ ਪਿਆ ਕਿ ਯਾਰ ਮੈਂ ਡਾਕਟਰ ਦੀ ਸਿਰ ਖਾ ਗਿਆ ਮੈਂ ਡਾਕਟਰ ਦਾ ਮੈਂ ਕਹਿੰਦਾ ਮੈਂ ਹੁਣ ਨਾ ਕੌਣ ਆ ਕੀ ਆ ਮੈਨੂੰ ਕਿਉਂ ਮੈਂ ਵਾਰ-ਵਾਰ ਨਸ਼ਾ ਕਰਦਾ ਮੇਰਾ ਭਰਾ ਕਿਉਂ ਨਹੀਂ ਕਰਦਾ ਯਾਰ ਅਹੀਂ ਕੋ ਮਾਂ ਦੇ ਦੋਵੇਂ ਪੋਤੇ ਆ ਜਾਏ ਆ ਉਹ ਕਿਉਂ ਨਹੀਂ ਕਰਦਾ ਮੈਂ ਵਾਰ-ਵਾਰ ਕਿਉਂ ਜਾ ਕੇ ਕਰਦਾ ਮੈਨੂੰ ਕਹਿੰਦੇ ਬਾਈਪੋਲਰ ਆ ਤੂੰ ਫਿਰ ਮੇਰੇ ਅੰਦਰ ਅੱਗ ਲੱਗੀ ਇੱਕ ਅੱਗ ਲੱਗੀ ਮੇਰੇ ਅੰਦਰ ਮੈਂ ਕਿਹਾ ਬਾਈਪੋਲਰ ਕੌਣ ਹੁੰਦੇ ਆ ਕੀ ਹੁੰਦੇ ਬਾਈਪੋਲਰ ਕੀ ਕਰਦੇ ਆ ਇਹ ਇਹਨਾਂ ਦੇ ਡਿਸਆਰਡਰ ਕੀ ਆ ਕਿੱਥੇ ਜਾ ਕੇ ਡਿੱਗਦੇ ਆਏ ਕਿੱਥੇ ਤੱਕ ਮਨਿਆਦ ਇਹਨਾਂ ਦੀ ਔਕਾਤ ਕੀ ਹੁੰਦੀ ਇਹਨਾਂ ਦੀ ਬਾਈਪੋਲਰ ਆ ਮੈਂ ਤਾਂ ਮੈਨੂੰ ਜਾਣਨਾ ਪਊਗਾ ਕਿ ਬਾਈਪੋਲਰ ਕੌਣ ਹੁੰਦਾ ਆ ਜੇ ਤੁਸੀਂ ਵੀ ਬਾਈਪੋਲਰ ਹੋ ਤੁਸੀਂ ਵੀ ਤੁਹਾਨੂੰ ਇਹ ਸਕਿਜ਼ੋਫੀਨੀਆ ਕੀ ਕਹਿੰਦੇ ਇਹਨੂੰ ਮੇਰੇ ਕੋਲ ਤੇ ਨਾਮ ਨਹੀਂ ਲਿਆ ਜਾਂਦਾ ਆ ਨਹੀਂ ਨਹੀਂ ਮੈਨੂੰ ਨਾਮ ਲੈਣਾ ਹੁੰਦਾ ਮੇਰੇ ਕੋਲ ਨਿਕਲਦਾ ਨਹੀਂ ਮੂੰਹ ਤਾਂ ਮੈਂ ਤੁਸੀਂ ਵੀ ਜੇ ਇਸ ਤਰ੍ਹਾਂ ਦੇ ਕੋਈ ਬਿਮਾਰੀ ਦੇ ਨਾਲ ਗ੍ਰਸਤ ਹੋ ਜੇ ਤੁਹਾਨੂੰ ਵੀ ਕੋਈ ਇਹੋ ਜਿਹੀ ਬਿਮਾਰੀ ਆ ਤੇ ਤੁਸੀਂ ਵੀ ਡਾਕਟਰ ਨੂੰ ਪੁੱਛੋ ਔਰ ਜਾਨੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਅਗਰ ਮੈਂ ਬਾਈਪੋਲਰ ਆ ਤਾਂ ਮੈਨੂੰ ਪਤਾ ਲੱਗ ਗਿਆ ਕਿ ਜਾਂ ਮੈਂ ਇੱਥੇ ਰਹਿਣਾ ਜਾਂ ਮੈਂ ਇੱਥੇ ਰਹਿਣਾ ਮੇਰਾ ਵਿਚਾਰ ਵਾਲਾ ਲੈਵਲ ਖਰਾਬ ਹੋਇਆ ਮੇਰੀ ਜਿਹੜੀ ਵਿਚਾਰ ਦੀ ਗਰਾਊਂਡ ਆ ਇਹ ਖਰਾਬ ਆ ਤਾਂ ਮੈਨੂੰ ਇੱਕ ਇੱਕ ਕਰਕੇ ਆਪਣੀ ਗਰਾਊਂਡ ਬਣਾਉਣੀ ਪਊਗੀ ਔਰ ਇਹਦੇ ਵਾਸਤੇ ਪਤਾ ਨਹੀਂ ਮੈਨੂੰ ਕਿੰਨੇ ਸਾਲ ਲੱਗਣਗੇ ਔਰ ਮੇਰੇ ਕੋ ਦੋ ਆਪਸ਼ਨ ਹਮੇਸ਼ਾ ਰਹਿੰਦੀਆਂ ਹੈਗੀਆਂ ਬਾਬਾ ਜੀ ਨੇ ਬਾਬਾ ਜੀ ਇੰਨੇ ਦਿਯਾਲੂ ਆ ਨਾ ਹਮੇਸ਼ਾ ਦੋ ਆਪਸ਼ਨਾਂ ਦਿੰਦੇ ਆ ਕਹਿੰਦੇ ਵੀ ਲੈ ਕਾਕਾ ਫੜਾ ਆ ਚੀਜ਼ ਤੈਨੂੰ ਦਿੱਤੀ ਹੁਣ ਇਹ ਤੂੰ ਹੱਸਦੇ ਹੱਸਦਾ ਲੈਣੀ ਹੈ ਕਿ ਰੋਂਦੇ ਰੋਂਦੇ ਆ ਲੈਣੀ ਹੈ ਬਾਬਾ ਜੀ ਬੜੇ ਦਿਯਾਲੂ ਆ ਤੇ ਮੇਰ ਕੋ ਜਦੋਂ ਆਈ ਤੇ ਮੈਂ ਕਾ ਯਾਰ ਰੋਏ ਤੇ ਸਾਰੀ ਜ਼ਿੰਦਗੀ ਜਿਹੜੀ ਚੀਜ਼ ਲਈ ਰੋ ਰੋ ਕੇ ਲਈ ਹਲੇ ਹੁਣ ਗੱਡੀ ਲਈ ਹੋਣੀ 40 ਲੱਖ ਵਾਲੀ ਤੇ ਗੱਡੀ ਦੇ ਵਿੱਚ ਬੈ ਕੇ ਦੇ ਵੇਖਣ ਦੂਜੇ ਦੀ ਡੇ ਹੋਣਾ ਯਾਰ ਉਹ ਕਰੇ ਮਿਲ ਜੇ ਨਾ ਉਹ ਐਤ ਕੀ ਉਹ ਹੀ ਲਵਾਂਗੇ ਲੈ ਇਹ ਆ ਬਾਈਪੋਲਰ ਤੁਸੀਂ ਕਹਿੰਦੇ ਬਾਈਪੋਲਰ ਕੀ ਹੁੰਦਾ ਇਹ ਆ ਬਾਈਪੋਲਰ ਮੈਨੂੰ ਉਹ ਮਿਲ ਜੇ ਜੋ ਬਿਨਾ ਮਿਹਨਤ ਤੋਂ ਹੀ ਮਿਲ ਜੇ ਲੈ ਇਹ ਕਿ ਮਿਲਦਾ ਹੋਇਆ ਵੀ ਮੇਰੇ ਕੋ ਬਾਪੂ ਵਾਲੇ ਦਾ ਕਿੱਲੇ ਹੈਗੇ ਆ ਮੈਂ ਜ਼ਿੰਦਗੀ 'ਚ ਕੋਈ ਕੰਮ ਨਹੀਂ ਕਰਨਾ ਲੈ ਉੱਤੇ ਤੈਰਾ ਤੂੰ ਨਹੀਂ ਆਪਣੇ ਬੱਚੇ ਵਾਸਤੇ ਗਾਂ ਕਰਨਾ ਕੁਛ ਜੇ ਤੇਰਾ ਬਾਪੂ ਤੇਰੇ ਵਾਸਤੇ ਕਰਕੇ ਗਿਆ ਤੇ ਤੇਰਾ ਬੱਚਾ ਕੀ ਕਹੂਗਾ ਕਿ ਸਾਰੀ ਜ਼ਿੰਦਗੀ ਆਂਜੀ ਕੱਢਤੀ ਮੰਜੇ ਤੇ ਸੁੱਤਿਆ ਹੀ ਚਲ ਠੀਕ ਆ ਅੱਜ ਕੱਲ ਦੀ ਜਨਰੇਸ਼ਨ ਨਹੀਂ ਲੈਂਦੀ ਕੁਛ ਬੜੀ ਉਹ ਹੈਗੀ ਆ ਅਣਖ ਖਲੀ ਪਰ ਫਿਰ ਵੀ ਕੁਝ ਤੇ ਤੇਰਾ ਫਰਜ਼ ਬੰਦਾ ਕਿ ਬੁੱਢੇ ਹੋਏ ਫਿਰ ਕੀ ਕਰੇਗਾ ਕਿਨ ਕਿੰਨੂ ਕਹੇਗਾ ਫਿਰ ਤੇਰੇ ਅੰਦਰ ਅੱਗ ਬਲਦੀ ਆ ਅੱਛਾ ਤੂੰ ਬਾਈਪੋਲਰ ਆ ਹੁਣ ਜਾਣ ਬਾਈਪੋਲਰ ਦੇ ਡਿਸਆਰਡਰ ਕੀ ਆ ਇੱਥੇ ਜਾ ਕੇ ਡਿੱਗਦਾ ਏ ਬਾਈਪੋਲਰ ਦੀ ਸਭ ਤੋਂ ਵੱਡੀ ਬਿਮਾਰੀ ਅਨਸੈਟੀਸਫਾਈ ਬੰਦਾ ਏ ਤਸੱਲੀ ਨਹੀਂ ਹੁੰਦੀ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਇਹਦੀ ਤਸੱਲੀ ਕਰਾ ਦੇ ਮੈਂ ਤੁਹਾਨੂੰ ਤਾਂ ਗੱਲਾਂ ਦੱਸਦਾ ਪਿਆ ਜੇ ਤੁਹਾਡੇ ਅੰਦਰ ਬਿਮਾਰੀ ਆ ਤੇ ਟਿਕ ਲਈ ਜਾਇਓ ਤਸੱਲੀ ਨਹੀਂ ਹੋ ਸਕਦੀ ਇਹਦੀ ਜੰਮਿਆ ਹੀ ਨਹੀਂ ਕੋਈ ਆਹ ਜਾ ਚੀਜ਼ ਲਈ ਹੈ ਨਾ ਆਹ ਹੁਣੇ ਛੋਹ ਰੂਮ ਦੇ ਵਿੱਚ ਕਮੀਜ਼ ਲੱਗੀ ਨਾ ਨਿਕਣਾ ਆਏ ਹਾਏ ਮੈਨੂੰ ਆਹ ਜ ਕਮੀਜ਼ ਨਾ ਮਿਲੀ ਤਾਂ ਮੈਂ ਮਾਰ ਹੀ ਜਾਣਾ ਈ ਤੇ ਘਰ ਆ ਕੇ ਵੇਖ ਲਓ 4 ਦਿਨ ਬਾਅਦ ਰੁਲਦੀ ਹੋਊਗੀ ਉਹ ਕਮੀਜ਼ ਕਿਉਂ ਬਿਮਾਰੀ ਹੈ ਬਿਮਾਰੀ ਹੈ ਔਰ ਇਹ ਬਿਮਾਰੀ ਇਹੋ ਜੀ ਬਿਮਾਰੀ ਆ ਜਿਹੜੀ ਤੁਹਾਡੇ ਮੱਥੇ ਤੇ ਕਲੰਕ ਲਾਉਂਦੀ ਹੈ ਬਾਈਪੋਲਰ ਵਾਲੇ ਬੰਦੇ ਦੇ ਮੱਥੇ ਤੇ ਕਲੰਕ ਦਾ ਟਿੱਕਾ ਲੱਗਣਾ ਹੀ ਲੱਗਣਾ ਜੋ ਮਰਜ਼ੀ ਹੋ ਜੇ ਜੇ ਅਣਖ ਹਲਾਗਾ ਤੇ ਉਸ ਕਲੰਕ ਨੂੰ ਬਚਾ ਲੇ ਬਚਾ ਸਕਦਾ ਫਿਰ ਮੈਂ ਕਹਾਂ ਬਾਬਾ ਜੀ ਬੜੇ ਦਿਆਲੂ ਆ ਬਾਬਾ ਜੀ ਬੜੇ ਦਿਆਲੂ ਆ ਉਹ ਕਹਿੰਦੇ ਤੂੰ ਚਾਹੇ ਤੇ ਮਰ ਸਕਦਾ ਤੂੰ ਚਾਹੇ ਤੇ ਜੀ ਸਕਦਾ ਪਰ ਇਹ ਤੇ ਗੱਲਾਂ ਹੋ ਗਈਆਂ ਸਾਰੀਆਂ ਦੀਆਂ ਸਾਰੀਆਂ ਪੇਸ਼ੈਂਟ ਦੀਆਂ ਤੇ ਜਿਹੜੇ ਪੇਸ਼ੈਂਟ ਦੇ ਘਰ ਵਾਲੇ ਆ ਤੇ ਜੇ ਉਹਨਾਂ ਵਿਚਾਰਿਆਂ ਨੂੰ ਹੀ ਨਾਂ ਪਤਾ ਹੋਵੇ ਪੀਨ ਹੋਇਆ ਕੀ ਆ ਤੇ ਫਿਰ ਆਹ ਤੇ ਵੇਖੋ ਲਿਖਿਆ ਕੀ ਆ ਆਪਾਂ ਘੱਟ ਤੋਂ ਘੱਟ 8 ਸਾਲ ਲੇਟ ਪਹੁੰਚੇ ਇਲਾਜ ਕਰਾਉਣ ਕਿੰਨੇ ਸਾਲ ਜਰਾ ਮਨੂਹ ਹੋਕਾ ਜ਼ਬਰਦਸਤ ਦਿਆ ਕਰੋ ਮੈਨੂੰ ਪਤਾ ਲੱਗੇ ਕਿੰਨੇ ਸਾਲ ਲੇਟ ਪਹੁੰਚੇ ਆ 8 ਸਾਲ 8 ਸਾਲ ਇਲਾਜ ਕਰਾਉਣ ਲੇਟ ਪਹੁੰਚ ਗਏ ਆ ਉਹਦੇ ਕਾਰਨ ਪੜ ਲਓ ਕੀ ਕੁਝ ਲਿਖਿਆ 6 ਕਾਰਨ ਲਿਖ ਦਿੱਤੇ 7ਵੇਂ ਨੰਬਰ ਤੇ ਇਲਾਜ ਆਇਆ ਜੇ ਇਲਾਜ ਪਹਿਲਾਂ ਨਹੀਂ ਲਿਖਿਆ 7ਵੇਂ ਨੰਬਰ ਤੇ ਆਇਆ ਜੀ ਸਭ ਤੋਂ ਅਖੀਰ ਦੇ ਵਿੱਚ ਲਾਜ ਆਇਆ ਕਿਉਂਕਿ ਤੁਸੀਂ ਸਭ ਤੋਂ ਅਖੀਰ ਦੇ ਵਿੱਚ ਮੈਂ ਸਭ ਤੋਂ ਅਖੀਰ ਦੇ ਵਿੱਚ ਲਾਜ ਕਰਾਉਣ ਪਹੁੰਚਿਆ ਔਰ ਇਹ ਇਲਾਜ ਇੱਕ ਵਾਰੀ ਨਹੀਂ 22 55 33 ਵਾਰੀ ਲਾਜ ਕਰਾਉਣਾ ਤੁਸੀਂ ਜੇ ਤੁਸੀਂ ਇਹ ਮੰਨੀ ਨਾ ਗੱਲ ਤੇ ਇਹ ਮੱਥੇ ਤੇ ਐਸਾ ਲੱਗਾ ਕਲੰਕਿਆ ਜਿਹੜਾ ਤੁਹਾਨੂੰ ਆਪ ਹੀ ਧੋਣਾ ਪੈਣਾ ਇਹ ਬਿਮਾਰੀ ਐਸਾ ਕਲੰਕ ਆ ਜਿਹੜਾ ਤੁਹਾਨੂੰ ਆਪ ਹੀ ਧੋਣਾ ਪੈਣਾ ਔਰ ਫਿਰ ਬਾਬਾ ਜੀ ਬੜੇ ਦਿਆਲੂ ਆ ਦੋ ਤਰੀਕੇ ਨਾਲ ਤੁਸੀਂ ਧੋ ਸਕਦੇ ਜੇ ਕਿਹੜੇ ਨਾ ਰੋਂਦੇ ਰੋਂਦੇ ਜਾਂ ਹੱਸਦੇ ਹੱਸਦੇ ਹਰ ਕੰਮ ਵੇਲੇ ਮੈਂ ਤੁਹਾਨੂੰ ਆ ਗੱਲ ਬਾਰ ਬਾਰ ਦੁਹਰਾਈ ਜਾਣੀ ਹੈ ਹੁਣ ਇਹ ਇਲਾਜ ਵੀ ਦੋ ਤਰੀਕਿਆਂ ਨਾਲ ਤੁਸੀਂ ਕਰਾ ਸਕਦੇ ਹੋ ਜਾਂ ਹੱਸਦੇ ਹੱਸਦੇ ਯਾ ਰੋਂਦੇ ਰੋਂਦੇ ਹਮੇਸ਼ਾ ਤੁਹਾਡੇ ਕੋ ਦੋ ਆਪਸ਼ਨ ਆ ਰਹਿਣੀਆਂ ਹੀ ਰਹਿਣੀਆਂ ਜੇ ਸਵੇਰੇ ਉੱਠਣ ਲੱਗਿਆਂ ਹੱਸਦੇ ਹੱਸਦੇ ਉੱਠ ਜੋ ਜਾਂ ਰੋਂਦੇ ਰੋਂਦੇ ਉੱਠ ਜੋ ਕੰਮ ਤੇ ਜਾਣ ਲੱਗਿਆਂ ਹੱਸਦੇ ਹੱਸਦੇ ਚੱਲ ਜੋ ਜਾਂ ਰੋਂਦੇ ਰੋਂਦੇ ਚੱਲ ਜੋ ਮੀਟਿੰਗ ਤੇ ਆਉਣ ਲੱਗਿਆਂ ਹੱਸਦੇ ਹੱਸਦੇ ਆ ਜੋ ਜਾਂ ਰੋਂਦੇ ਰੋਂਦੇ ਚੱਲ ਜੋ ਖਾਣਾ ਖਾਣ ਲੱਗਿਆਂ ਹੱਸਦੇ ਹੱਸਦੇ ਖਾ ਲੋ ਜਾਂ ਰੋਂਦੇ ਰੋਂਦੇ ਖਾ ਲੋ ਮਾਂ ਪਿਓ ਨੂੰ ਮਿਲਣਾ ਖਿੜੇ ਮੱਥੇ ਹੱਸਦੇ ਹੱਸਦੇ ਮਿਲ ਲੋ ਜਾਂ ਰੋਂਦੇ ਰੋਂਦੇ ਮਿਲ ਲੋ ਮਾਂ ਬਾਪ ਨੇ ਇਲਾਜ ਕਰੋਣਾ ਏ ਹੱਸਦੇ ਹੱਸਦੇ ਕਰਾ ਲਓ ਜਾਂ ਰੋਂਦਿਆਂ ਰੋਂਦਿਆਂ ਕਰਾ ਲਓ ਗੱਲ ਆ ਕੇ ਉੱਥੇ ਹੀ ਮੁੱਕਣੀ ਜੇ ਜੇ ਤੁਸੀਂ ਹੱਸਦੇ ਹੱਸਦੇ ਕਰਾਓਗੇ ਖਿੜੇ ਮੱਥੇ ਕਰਾਓਗੇ ਹੱਸਦੇ ਹੱਸਦੇ ਕਹਿਣ ਤੋਂ ਭਾਵ ਪੋਜ਼ਿਟਿਵ ਹੋ ਕੇ ਪੋਜ਼ਿਟਿਵਿਟੀ ਦੇ ਨਾਲ ਤੇ ਤੁਹਾਨੂੰ ਇਹਦੇ ਰਿਜ਼ਲਟ ਪੋਜ਼ਿਟਿਵ ਮਿਲਣੇ ਆ ਤੇ ਜੇ ਤੁਸੀਂ ਰੋਂਦਿਆਂ ਰੋਂਦਿਆਂ ਕਰਾਇਆ 네ਗਟਿਵਿਟੀ ਦੇ ਨਾਲ ਤੁਹਾਨੂੰ ਇਹਦੇ ਰਿਜ਼ਲਟ 네ਗਟਿਵ ਮਿਲਣੇ ਆ ਤਾਨੂੰ ਐਨੇ ਕਾਮ ਮਿਲ ਜਾਣੇ ਇੱਥੇ ਜਿਨ੍ਹਾਂ ਨੇ ਕਹਿਣਾ ਉਹ ਸਾਡਾ ਤੇ ਕੁਝ ਬਣਿਆ ਹੀ ਨਹੀਂ ਅਸੀਂ ਤੇ 20 ਸਾਲ ਤੋਂ ਇੱਥੇ ੱਟੇ ਖਾਈ ਜਾਂਦੇ ਆਂ ਅਸੀਂ ਇਸ ਐਨਜੀ ਆ ਉਹ ਬੰਦਾ ਪੁੱਛੇ ਤੂੰ 20 ਸਾਲ ਤੋਂ ਫਿਰ ਕਰਨ ਕੀ ਡਿਆ ਇੱਥੇ ਹਸਪਤਾਲ ਕਿਉਂ ਨਹੀਂ ਬਦਲਿਆ ਭਾਈ ਕਿਉਂਕਿ ਤੈਨੂੰ ਪਤਾ ਵਾ ਖਾਮੀ ਤੇਰੇ ਚ ਹੈ ਆ ਹਸਪਤਾਲ ਚ ਨਹੀਂ ਇਲਾਜ ਤੂੰ ਨਹੀਂ ਬੰਦਿਆਂ ਵਾਂਗੂ ਕਰਾਉਣ ਡਿਆ ਹਸਪਤਾਲ ਤੇ ਕਰਨ ਡਿਆ ਪੂਰਾ ਦੋ ਤਰੀਕੇ ਦੇ ਬੰਦੇ ਹਮੇਸ਼ਾ ਹੁੰਦੇ ਆ ਇੱਕ ਹੁੰਦੇ ਜਿਹੜੇ ਮੱਥਾ ਲਾਉਂਦੇ ਆ ਇੱਕ ਹੁੰਦੇ ਜਿਹੜੇ ਮੱਥਾ ਟੇਕ ਦਿੰਦੇ ਆ ਮੱਥਾ ਟੇਕਣ ਵਾਲਾ ਨਮਸਕਾਰ ਵਾਲੀ ਫੀਲਿੰਗ ਦੇ ਵਿੱਚ ਹੁੰਦਾ ਵਾ ਉਹ ਹਮੇਸ਼ਾ ਤੇ ਹਮੇਸ਼ਾ ਸ਼ੁਕਰਾਨੇ ਵਾਲੀ ਫੀਲਿੰਗ ਦੇ ਵਿੱਚ ਹੁੰਦਾ ਜਿਹੜੇ ਲੋਕ ਮੱਥਾ ਲਾਉਂਦੇ ਆ ਨਾ ਉਹ ਉਹੋ ਹੀ ਹੁੰਦੇ ਆ ਜਿਹੜੇ ਰੋਂਦਿਆ ਰੋਂਦਿਆ ਕਰੋਂਦੇ ਆ ਕਿਤੇ ਮਹਾਰਾਜ ਕਿਰਪਾ ਕਰੇ ਸਾਡੇ ਅੰਦਰ ਇੱਕ ਤਬਦੀਲੀ ਹੋ ਜੇ ਅਸੀਂ ਜਿਹੜੇ ਕੰਮ ਰੋਂਦੇ ਰਹਿੰਦੇ ਆ ਰਹਿੰਦੇ ਆ ਕਰਦੇ ਆ ਨਾ ਅੱਜ ਉਹੇ ਕੰਮ ਆਪਾਂ ਹੱਸਦੇ ਹੱਸਦੇ ਕਰਨ ਲੱਪੀਏ ਤੇ ਸਾਡੀ ਟੋਟਲੀ ਜਿਹੜੀ ਲਾਈਫ ਆ ਨਾ ਉਹ ਇੱਕਦਮ ਹੀ ਕੁਮ ਜਾਣੀ ਜੇ ਇੱਕਦਮ ਹੀ ਕੁਮ ਜਾਣੀ ਆ ਆਪਾਂ ਮਿੱਟੀ ਤੋਂ ਸੋਨਾ ਹੋ ਜਾਣਾ ਔਰ ਜਿਹੜੀ ਚੀਜ਼ ਨੂੰ ਰਿਕਵਰੀ ਵਾਲਾ ਬੰਦਾ ਹੱਥ ਪਾ ਦਿੰਦਾ ਜੇ ਨਾ ਸੱਚ ਕਰਕੇ ਜਾਣਿਓ ਜੇ ਮਾਲਕ ਇੰਨੇ ਦਿਆਲੂ ਆ ਇਨਾਂ ਨੇ ਤੇ ਤਕਦੀਰਾਂ ਹੀ ਬਦਲ ਕੇ ਰੱਖ ਦਿੱਤੀਆਂ ਬੰਦਾ ਆਇਆ ਨਸ਼ਾ ਛੱਡਣ ਸੀ ਇੱਥੇ ਔਰ ਇੱਕ ਬੰਦੇ ਦਾ ਇਤਿਹਾਸ ਨਹੀਂ ਬੋਲਦਾ ਇੱਥੇ ਕਾਪੀਆਂ ਭਰੀਆਂ ਪਈਆਂ ਕੁਝ ਲੋਕ ਚਲੇ ਗਏ ਕੁਝ ਆਏ ਕੁਝ ਬਾਹਰਲੇ ਮੁਲਕਾਂ 'ਚ ਚਲੇ ਗਏ ਕੁਝ ਵਿਆਹ ਕਰਾ ਕੇ ਆਪਣੀ ਜ਼ਿੰਦਗੀ ਜੀ ਰਹੇ ਆ ਕੁਝ ਬਿਜ਼ਨਸ ਕਰ ਰਹੇ ਆ ਕੋਈ ਕਿਤੇ ਕੋਈ ਸਪੋਰਟਸਮੈਨ ਬਣ ਗਿਆ ਕੋਈ ਕਿਤਾਬਾਂ ਲਿਖੀ ਜਾਂਦਾ ਕੋਈ ਕੁਛ ਬਣ ਗਿਆ ਹਰ ਬੰਦੇ ਨੇ ਰਿਕਵਰੀ ਦੇ ਵਿੱਚ ਜਾ ਕੇ ਇੱਕ ਚੰਗਾ ਮੁਕਾਮ ਹਾਸਲ ਕਰ ਲਿਆ ਮੈਨੂੰ ਚੰਗਾ ਲੱਗਾ ਮੈਂ ਇੱਥੇ ਹੀ ਰਹਿ ਗਿਆ ਤੁਹਾਨੂੰ ਚੰਗਾ ਲੱਗੇ ਤੁਸੀਂ ਵੀ ਇੱਥੇ ਰਹਿ ਲਿਓ ਕਿਉਂਕਿ ਮਾਲਕ ਜੀ ਦਿਆਲੂ ਇੰਨੇ ਆ ਉਹ ਬਾਕੀ ਕੋਈ ਗੱਲ ਸਮਝਉਂਦੇ ਆ ਕਿ ਜਿਹੜਾ ਤੈਨੂੰ ਕੰਮ ਮਿਲੇ ਉਹ ਤੂੰ ਕਰਨਾ ਪੂਰੀ ਇਮਾਨਦਾਰੀ ਦੇ ਨਾਲ ਆ ਮੈਨੂੰ ਕਹਿੰਦੇ ਕਿੱਥੇ ਹੁਣਾ ਮੈਂ ਕਹਾ ਮੈਂ ਤਾਂ ਇੱਥੇ ਹੀ ਹੁਣਾ ਕਹਿੰਦੇ ਕਿੰਨਾ ਚਿਰ ਰਹੇਗਾ ਮੈਂ ਕਹਾ ਜਿੰਨਾ ਚਿਰ ਤੱਕ ਸਾਹ ਚੱਲਦੇ ਮੈਨੂੰ ਤੁਸੀਂ ਇੱਥੇ ਹੀ ਵੇਖੋਗੇ ਕਹਿੰਦੇ ਇਹ ਹੰਕਾਰ ਨਹੀਂ ਮੈਂ ਕਾ ਇਹ ਹੰਕਾਰ ਨਹੀਂ ਆ ਇਹ ਮੇਰਾ ਇਰਾਦਾ ਏ ਇਰਾਦੇ ਤੇ ਹੰਕਾਰ ਦੇ ਵਿੱਚ ਬੜਾ ਫਰਕ ਹੁੰਦਾ ਹੈ ਜਦੋਂ ਤੁਹਾਡੇ ਇਰਾਦੇ ਨੇਕ ਹੁੰਦੇ ਆ ਨਾ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਨਸ਼ਾ ਦੂਰ ਕਰਨ ਵੇਲੇ ਵੀ ਇਹੋ ਇਰਾਦਾ ਹੈਗਾ ਔਰ ਜ਼ਿੰਦਗੀ ਜੀਣ ਵੇਲੇ ਵੀ ਇਹੋ ਇਰਾਦਾ ਔਰ ਖਿੜੇ ਮੱਥੇ ਰਵਾਂਗੇ ਖਿੜੇ ਮੱਥੇ ਰਹਿਣੇ ਆ ਚੜ੍ਹਦੀ ਕਲਾ ਵਾਲੇ ਬੰਦਿਆ ਦੇ ਨਾਲ ਰਹਿਣੇ ਆ ਚੜਦੀ ਕਲਾ ਵਾਲੇ ਬੰਦਿਆਂ ਦੇ ਨਾਲ ਹੀ ਰਵਾਂਗੇ ਮੇਰੀ ਜ਼ਿੰਦਗੀ ਦੇ ਵਿੱਚ ਉਸ ਬੰਦੇ ਦੇ ਵਾਸਤੇ ਥਾਂ ਹੀ ਕੋਈ ਨਹੀਂ ਜਿਹੜਾ ਬੰਦਾ ਢੈਂ ਦੀ ਕਲਾ ਵਾਲਾ ਮੇਰੇ ਸਾਰੇ ਵਾਲੇ ਦੋਲੇ ਚੜਦੀ ਕਲਾ ਵਾਲੇ ਬੰਦੇ ਢੈਂ ਦੀ ਕਲਾ ਵਾਲਾ ਬੰਦਾ ਕਹਿਣ ਤੋਂ ਭਾਵ ਨੇਗੇਟਿਵ ਸੋਚ ਵਾਲਾ ਬੰਦਾ ਭਾਵੇਂ ਮੇਰੇ ਪਰਿਵਾਰ ਚ ਵੀ ਹੋਵੇ ਮੈਂ ਹੱਦ ਤੋਂ ਥੋੜਾ ਜਿਹਾ ਕਿਨਾਰਾ ਹੀ ਕਰ ਜਾਣਾ ਮੈਂ ਕਹਿੰਦਾ ਯਾਰ ਮੈਂ ਇਹਨੂੰ ਬਦਲਣ ਦੀ ਸਮਰੱਥਾ ਨਹੀਂ ਰੱਖਦਾ ਪਰ ਮੇਰੇ ਚ ਇੱਕ ਸਪੈਸ਼ਲ ਪਾਵਰ ਆ ਕਿ ਮੈਂ ਆਪਣੇ ਆਪ ਨੂੰ ਜਿੱਥੋਂ ਤੱਕ ਚਾਹਾਂ ਬਦਲ ਸਕਦਾ ਮੈਂ ਆਪਣੇ ਆਪ ਨੂੰ ਜਿੱਥੋਂ ਤੱਕ ਚਾਹਾਂ ਨਰਮ ਕਰ ਸਕਦਾ ਮੈਂ ਆਪਣੇ ਅੰਦਰ ਜਿੱਥੋਂ ਤੱਕ ਚਾਹਾਂ ਪਿਆਰ ਪੈਦਾ ਕਰ ਸਕਦਾ ਮੈਂ ਆਪਣੇ ਅੰਦਰ ਜਿੱਥੋਂ ਤੱਕ ਚਾਹਾਂ ਟਾਲ ਸਕਦਾ ਤੇ ਜੇ ਮੈਂ ਇਹ ਕਰਨ ਦੇ ਵਿੱਚ ਇੰਨਾ ਕਾਮਯਾਬ ਹੁੰਨਾ ਵਾ ਤੇ ਮੈਨੂੰ ਕੀ ਜ਼ਰੂਰਤ ਪਈ ਆ ਕਿ ਐਵੇਂ ਪੁੱਠੇ ਸਿੱਧੇ ਪੰਗੇ ਲੈਣੇ ਔਰ ਤੁਸੀਂ ਯਕੀਨ ਕਰੋ ਜਦੋਂ ਤੁਸੀਂ ਆਪਣੇ ਆਪ ਨੂੰ ਚੇਂਜ ਕਰਨ ਵਾਲੀ ਜਾਚ ਸਿੱਖ ਲੈਂਦੇ ਹੋ ਇਹ ਇੰਨੀ ਜ਼ਿਆਦਾ ਇੰਟਰਸਟਿੰਗ ਆ ਇੰਨੀ ਮਜ਼ੇਦਾਰ ਆ ਤੁਹਾਨੂੰ ਇਹਦੇ ਚ ਇੰਨਾ ਮਜ਼ਾ ਆਉਂਦਾ ਵਾ ਤੁਸੀਂ ਇੱਕ ਦਿਨ ਸਿਰਫ ਉਹ ਉਹ ਨਹੀਂ ਕਰਨਾ ਜੋ ਤੁਸੀਂ ਸਾਰੀ ਜ਼ਿੰਦਗੀ ਕਰਦੇ ਰਹੇ ਸਿਰਫ ਇੱਕ ਦਿਨ ਨਹੀਂ ਕਰਨਾ ਤਾਂ ਤੁਸੀਂ ਕਰ ਕੀ ਨਹੀਂ ਸਕਦੇ ਹਰ ਕੰਮ ਕਰ ਸਕਦੇ ਹੋ ਜੋ ਤੁਸੀਂ ਸੋਚਦੇ ਹੋ ਮਾਈਕਲ 乔ਰਡਨ ਦੀ ਮੈਂ ਗੱਲ ਕਰਦਾ ਪਿਆ ਸੀਗਾ ਪਲੇਅਰ ਆ ਮਾਈਕਲ 乔ਰਡਨ ਜਾਰਡਨ ਦੇ ਸ਼ੂਜ਼ ਵੀ ਹੁੰਦੇ ਆ ਨਾਇਕ ਕੰਪਨੀ ਬਣਾਉਂਦੀ ਆ ਮਾਈਕਲ ਜਾਰਡਨ ਆਪਣੇ ਬਾਰੇ ਦੱਸਦਾ ਪਿਆ ਸੀਗਾ ਮੈਂ ਉਹਨੂੰ ਸਟੱਡੀ ਕਰਨ ਡਿਆ ਹਾਂ ਤੇ ਉਹ ਕਹਿੰਦਾ ਕਿ ਮੈਂ ਜਦੋਂ ਪ੍ਰੈਕਟਿਸ ਕਰਨ ਜਾਂਦਾ ਹਾਂ ਨਾ ਕਹਿੰਦਾ ਉਦੋਂ ਚਿੜੀਆਂ ਤਾਂ ਵੀ ਨਹੀਂ ਉੱਠੇ ਹੁੰਦੇ ਜਦੋਂ ਮੈਂ ਜਾਂਦਾ ਚਿੜੀਆਂ ਤੋਤੇ ਵੀ ਨਹੀਂ ਉੱਠੇ ਹੁੰਦੇ ਹੀ ਜਦੋਂ ਮੈਂ ਪ੍ਰੈਕਟਿਸ ਕਰਨ ਜਾਂਦਾ ਹਾਂ ਤੇ ਜਦੋਂ ਮੈਂ ਵਾਪਸ ਹੁੰਨਾ ਹਾਂ ਨਾ ਉਦੋਂ ਕੁੱਲ ਦੁਨੀਆ ਕੀ ਰੱਬ ਵੀ ਸੌ ਗਿਆ ਹੁੰਦਾ ਸੀ ਜਦੋਂ ਮੈਂ ਵਾਪਸ ਆਉਣਾ ਹਾਂ ਤੇ ਕਹਿੰਦਾ ਭਰ ਨਾ ਮੇਰੇ ਅੰਦਰ ਇੱਕ ਨਾ ਉਮੀਦੀ ਰਹਿੰਦੀ ਸੀ ਉਹ ਇਹ ਸੀ ਕਿ ਪਤਾ ਨਹੀਂ ਕਿਤੇ ਮੇਰੀ ਇੰਨੀ ਮਿਹਨਤ ਨੂੰ ਭਾਗ ਲੱਗਣਗੇ ਕਿ ਨਹੀਂ ਲੱਗਣਗੇ ਕਹਿੰਦਾ ਮੇਰਾ ਪਿਓ ਬੜੀ ਚੜਦੀ ਕਲਾ ਵਾਲਾ ਬੰਦਾ ਸੀ ਉਹਨੇ ਇਸ ਤਰ੍ਹਾਂ ਤਾਂ ਨਹੀਂ ਵਰਡ ਵਰਤੇ ਚੜਦੀ ਕਲਾ ਤੇ ਹੁਣ ਮੈਂ ਤੁਹਾਨੂੰ ਮੇਰੀ ਜ਼ੁਬਾਨ ਇਸ ਤਰ੍ਹਾਂ ਦੀ ਆ ਤੇ ਉਹਦਾ ਪਿਓ ਬੜੀ ਚੜਦੀ ਕਲਾ ਵਾਲਾ ਬੰਦਾ ਸੀ ਉਹ ਸੈਕੰਡ ਹੈਂਡ ਟਿਸਟਾ ਦਾ ਕੰਮ ਕਰਦਾ ਸੀ ਉਹਨੇ ਫਿਰ ਕਹਾਣੀ ਸੁਣਾਈ ਇੱਕ ਕਹਿੰਦਾ ਮੇਰੇ ਪਿਓ ਨੇ ਮੈਂ ਇੱਕ ਦਿਨ ਆਪਣੇ ਪਿਓ ਨੂੰ ਪੁੱਛਿਆ ਡੈਡ ਮੈਂ ਕਾਮਯਾਬ ਹੋ ਜਾਊਂਗਾ ਕਿ ਨਹੀਂ ਹੋਊਂਗਾ ਕਹਿੰਦਾ ਮੇਰੇ ਪਿਓ ਨੇ ਮੈਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਉਹ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਹਿੰਦਾ ਮੇਰੇ ਪਿਓ ਨੇ ਮੈਨੂੰ ਇੱਕ ਦਿਨ ਇੱਕ ਟੀ-ਸ਼ਰਟ ਦਿੱਤੀ ਕਹਿੰਦਾ ਉਹ ਟੀ-ਸ਼ਰਟ ਦੇ ਕੇ ਮੈਨੂੰ ਕਹਿੰਦਾ ਪੁੱਤਰ ਇਹ ਕਿੰਨੇ ਦੀ ਹੋਊਗੀ ਮੈਂ ਕਿਹਾ ਡੈਡ ਹੋਊਗੀ 1-2 ਡਾਲਰਾਂ ਦੀ ਕਹਿੰਦਾ ਇਹ 5 ਡਾਲਰਾਂ ਦੀ ਵੇਚ ਕੇ ਆ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਉਦੋਂ ਕਦੀ ਕੁਝ ਇਹੋ ਜਿਹਾ ਕੰਮ ਨਹੀਂ ਕੀਤਾ ਕਹਿੰਦਾ ਮੈਂ ਨਿਕਲਿਆ ਟੀ-ਸ਼ਰਟ ਲੈ ਕੇ ਕਹਿੰਦਾ ਇੱਕ ਬੰਦਾ ਮੈਨੂੰ ਮਿਲਿਆ ਬੜਾ ਭਲਾ ਮਾਨਸ ਮੈਂ ਉਹਨੂੰ ਕਿਹਾ ਭਾਜੀ ਮੇਰੇ ਡੈਡ ਨੇ ਮੈਨੂੰ ਆ ਕਰ ਕਰ ਕਰਨ ਲਈ ਕਹਿਤਾ ਤੇ ਜੇ ਮੈਨੂੰ ਨਾ ਨਾ ਮਿਲਿਆ ਤਾਂ ਨੇ ਮੈਨੂੰ ਸਤਾਉਣਾ ਪੜਾ ਤੇ ਤੁਸੀਂ ਕਿਤੇ ਮੇਰੀ ਆ ਟੀ-ਸ਼ਰਟ ਖਰੀਦ ਲਓ ਨਾ 5 ਡਾਲਰਾਂ ਦੀ ਤੇ ਤੁਹਾਡਾ ਬੜਾ ਥੈਂਕ ਯੂ ਆ ਉਹ ਕਹਿੰਦਾ ਲਿਆ ਯਾਰ ਇਹ ਕਿਹੜੀ ਗੱਲ ਆ ਉਹਨੇ ਕਹਿੰਦਾ 5 ਡਾਲਰਾਂ ਕੋ ਮੇਰੇ ਕੋ ਟੀ-ਸ਼ਰਟ ਲੱਲੀ ਹੋਵਲੀ ਕਹਿੰਦਾ ਮੈਂ ਬੜਾ ਖੁਸ਼ ਹੋ ਕੇ ਘਰ ਆਇਆ ਮੈਂ ਕਿਹਾ ਲਓ ਡੈਡੀ ਆ ਲਓ 5 ਡਾਲਰ ਤੁਸੀਂ ਕਿਹਾ ਸੀ ਨਾ ਤੇ ਆ ਮੈਂ ਵੇਚ ਆਇਆ ਜੇ ਕਹਿੰਦਾ ਮੇਰੇ ਡੈਡ ਨੇ ਅਗਲੀ ਟੀ ਕਹਿੰਦੇ ਆ ਹੁਣ 20 ਡਾਲਰਾਂ ਦੀ ਵੇਚ ਕੇ ਆ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋਇਆ। ਕਹਿੰਦਾ ਉਹੀ ਨੈਗੇਟਿਵਿਟੀ ਆ ਗਈ ਜੋ ਖੇਡ ਦੇ ਵਕਤ ਹੁੰਦੀ ਹੀ। ਵੀ ਯਾਰ ਪਤਾ ਨਹੀਂ ਵਿਕੂਗੀ ਕਿ ਨਹੀਂ ਵਿਕੂਗੀ। ਖੇਡ ਦੇ ਵਕਤ ਵੀ ਇਹੋ ਹੀ ਹੁੰਦੀ ਹੈ ਨਾ ਵੀ ਪਤਾ ਨਹੀਂ ਮੈਂ ਕਾਮਯਾਬ ਹੋਊਂਗਾ ਕਿ ਨਹੀਂ ਹੋਊਂਗਾ। ਮੈਂ ਇੰਨੀ ਮਿਹਨਤ ਕਰਨ ਡਿਆ। ਉਹ ਕਹਿੰਦਾ ਉਹ ਮੇਰੇ ਜਦੋਂ ਮੇਰੇ ਹੱਥ ਉਹ ਟੀ-ਸ਼ਰਟ ਆਈ ਤੇ ਮੈਂ ਕਹਾ ਯਾਰ ਇਹ ਗੰਦੀ ਜੀ ਮੈਲੀ ਜੀ ਪੁਰਾਣੀ ਟੀ-ਸ਼ਰਟ 20 ਡਾਲਰਾਂ ਦੀ ਲੈਣੀ ਕਿੰਨੇ ਆ। ਕਹਿੰਦਾ ਚਲੋ। ਬੰਦਾ ਮਰਦਾ ਕੀ ਨਹੀਂ ਕਰਦਾ ਪਿਓ ਨੇ ਕਿਹਾ ਸੀ। ਕਹਿੰਦਾ ਮੈਂ ਨਾ ਉੱਤੇ ਮੇਰਾ ਇੱਕ ਪੇਂਟਰ ਦੋਸਤ ਹੀ ਉੱਤੇ ਨਾ ਡਾਲਰ ਡੱਕਦਾ ਨਾ ਮੈਂ ਸਟicker ਬਣਵਾਤਾ ਟੀ-ਸ਼ਰਟ ਦੇ ਉੱਤੇ ਉਹਨੂੰ ਧਵਾ ਧੋ ਕੇ ਚੰਗੀ ਤਰ੍ਹਾਂ ਕਲੀਨ ਕਲੂਨ ਕਰਕੇ ਕਹਿੰਦਾ ਮੈਂ ਅਮੀਰਾਂ ਦੇ ਸਕੂਲ ਦੇ ਬਾਹਰ ਚੱਲ ਗਿਆ ਤੇ 20 ਡਾਲਰ ਐ ਕਰਕੇ ਮੈਂ ਟੀ-ਸ਼ਰਟ ਐ ਕਰਕੇ ਫੜੀ ਤੇ ਇੱਕ ਕਾਰ ਜਾਂਦੀ ਜਾਂਦੀ ਰੁਕ ਗਈ ਤੇ ਕਾਰ ਨੇ ਕਾਰ ਵਾਲਾ ਕਹਿੰਦਾ ਇਹ ਮੇਰੇ ਬੇਟੇ ਨੂੰ ਚਾਹੀਦੀ ਉਹਨੂੰ ਪਸੰਦ ਆ ਗਈ ਹੈ ਬੇਟਾ ਆ ਲੈ ਤੇ ਉਹਨੇ ਨਾਲ ਮੈਨੂੰ ਪੁੱਛਿਆ ਵੀ ਤੂੰ ਕਿਉਂ ਵੇਚਦਾ ਪਿਆ ਤੇ ਮੈਂ ਕਿਹਾ ਮੇਰੇ ਡੈਡ ਨੇ ਟਾਸਕ ਦਿੱਤਾ ਮੈਨੂੰ ਤੇ ਉਹ ਖੁਸ਼ ਬੜਾ ਆਇਆ ਨੇ ਮੈਨੂੰ 5 ਡਾਲਰ ਨਾਲ ਟਿੱਪ ਦੇ ਦਿੱਤੀ ਕਹਿੰਦਾ ਮੈਂ ਡੈਡ ਦੇ ਤਲੀ ਦੇ ਜਾ ਕੇ ਜਦੋਂ 25 ਡਾਲਰ ਰੱਖੇ ਉਹ ਕਹਿੰਦਾ ਉਹ ਐਡਾ ਅਨਸੈਟੀਸਫਾਈ ਬੰਦਾ ਉਹਨੇ ਅਗਲੀ ਟੀ-ਸ਼ਰਟ ਕੱਢ ਕੇ ਫੜਾਤੀ ਕਹਿੰਦਾ ਇਹ 200 ਡਾਲਰ ਦੀ ਵੇਚ ਕੇ ਆ ਮੈਂ ਕਿਹਾ ਮਨਾ 2 ਡਾਲਰ ਠੀਕ ਆ 20 ਡਾਲਰ ਠੀਕ ਆ 200 ਦੀ ਪੁਰਾਣੀ ਟੀ-ਸ਼ਰਟ ਕਿੰਨੇ ਲੈਣੀ ਆ ਕਹਿੰਦਾ ਮੈਂ ਬੜਾ ਪਰੇਸ਼ਾਨ ਹੋਇਆ ਵੀ ਯਾਰੇ ਇਹ ਤਾਂ ਬੜਾ ਕਸੂਤਾ ਫਸ ਗਿਆ ਅੱਜ ਕਹਿੰਦਾ ਮੈਂ ਨਿਕਲਿਆ ਟੀ-ਸ਼ਰਟ ਲੈ ਕੇ ਕਹਿੰਦਾ ਚਲੋ ਇੱਡੀ ਗੱਲ ਨਹੀਂ ਆ ਕੋਈ ਕਹਿੰਦਾ ਬੰਦਾ ਚਾਵੇ ਤੇ ਕੀ ਨਹੀਂ ਕਰ ਸਕਦਾ ਕਹਿੰਦਾ ਉਹਨਾਂ ਦਿਨਾਂ ਦੇ ਵਿੱਚ ਨਾ ਇੱਕ ਸਿੰਗਰ ਹੀ ਬੜੀ ਮਸ਼ਹੂਰ ਮੈਨੂੰ ਉਹਦਾ ਨਾਂ ਨਹੀਂ ਚੇਤਾ ਆਉਂਦਾ ਉਹਨੇ ਦੱਸਿਆ ਹੀ ਨਾ ਕਹਿੰਦਾ ਮੈਂ ਨਾ ਉਹਦਾ ਸ਼ੋਅ ਵੇਖਣ ਗਿਆ ਤੇ ਕਹਿੰਦਾ ਮੇਰੀ ਚੰਗੀ ਕਿਸਮਤ ਦੇ ਨਾਲ ਨਾ ਮੇਰੇ ਰੂਹ-ਬਰੂ ਹੋ ਗਈ ਉਹ ਤੇ ਕਹਿੰਦਾ ਮੈਂ ਨਾ ਉਹਦਾ ਆਟੋਗ੍ਰਾਫ ਟੀ-ਸ਼ਰਟ ਦੇ ਉੱਤੇ ਲੱਲੇ ਟੀ-ਸ਼ਰਟ ਦੇ ਉੱਤੇ ਜਦੋਂ ਮੈਂ ਆਟੋਗ੍ਰਾਫ ਲਏ ਇਤਨੇ ਮੇਰੇ ਮਨ ਚ ਆਏ ਮਨਾਏ ਤੇ ਟੀ-ਸ਼ਰਟ ਹੁਣ ਮਹਿੰਗੀ ਹੋ ਗਈ ਆ ਇਹ ਤੇ ਹੁਣ ਆਮ ਟੀ-ਸ਼ਰਟ ਨਹੀਂ ਰਹੀ ਕਹਿੰਦਾ ਮੈਂ ਉੱਥੇ ਨਲਾਮੀ ਲੱਗੀ ਸੀ ਮੈਂ ਉਹਨਾਂ ਨੂੰ ਜਾ ਕੇ ਕਿਹਾ ਉਹ ਕਹਿੰਦਾ ਉਹਨਾਂ ਨੇ ਬੇਸਿਕ ਪ੍ਰਾਈਸ ਉਹਦੀ 12.5 ਹਜ਼ਾਰ ਡਾਲਰ ਲਾਤੀ ਕਿੱਥੇ ਸੋਹਾਂ ਦੀ ਗੱਲ ਤੇ ਕਿੱਥੇ ਬੇਸਿਕ ਪ੍ਰਾਈਸ 12.5 ਹਜ਼ਾਰ ਡਾਲਰ ਲਾਤੀ ਤਾਂ ਕੁਝ 20-25 ਹਜ਼ਾਰ ਡਾਲਰ ਦੀ ਟੀ-ਸ਼ਰਟ ਵਿਕੀ ਹੋ ਤੇ ਕਹਿੰਦਾ ਜਦੋਂ ਮੈਂ ਪਿਓ ਦੀ ਟਾਲੀ ਤੇ ਉੱਤੇ ਜਾ ਕੇ ਰੱਖਿਆ ਨਾ ਤੇ ਮੈਨੂੰ ਇਹੋ ਹੀ ਗੱਲ ਹੀ ਵੀ ਮੇਰੇ ਪਿਓ ਨੇ ਅਗਲੀ ਟੀ-ਸ਼ਰਟ ਕੱਢ ਕੇ ਦੇ ਦੇਣੀ ਆ ਕਹਿੰਦਾ ਮੈਂ ਜਦੋਂ ਉਹਦੇ ਪੈਸੇ ਜਾ ਕੇ ਰੱਖੇ ਨਾ ਤੇ ਮੈਨੂੰ ਉਹਨੇ ਇੱਕੋ ਗੱਲ ਕਹੀ ਕਹਿੰਦਾ ਸਮਝ ਲੱਗੀ ਕੁਛ ਕਹਿੰਦਾ ਨਹੀਂ ਡਾਡੀ ਕਹਿੰਦਾ ਸਮਝਣੀ ਗੱਲ ਇਹੋ ਹੀ ਆ ਕਿ ਬੰਦਾ ਜ਼ਿੰਦਗੀ 'ਚ ਚਾਵੇ ਤੇ ਕੀ ਨਹੀਂ ਕਰ ਸਕਦਾ ਚਾਵੇ ਤੇ ਪਹਾੜ ਕੱਟ ਕੇ ਵਿੱਚੋਂ ਦੀ ਨਹਿਰ ਕੱਢ ਦੇ ਤੇ ਚਾਵੇ ਤੇ ਪਹਾੜ ਕੱਟ ਕੇ ਸੜਕ ਕੱਢ ਦੇ ਬੰਦਾ ਚਾਵੇ ਤੇ ਕੀ ਨਹੀਂ ਕਰ ਸਕਦਾ ਪੁੱਤ ਜਿੰਨੀ ਤੂੰ ਮਿਹਨਤ ਕਰਨ ਡਿਆ ਵਾ ਇਸ ਤਰ੍ਹਾਂ ਕਦੀ ਹੋ ਹੀ ਨਹੀਂ ਸਕਦਾ ਕਿ ਤੂੰ ਕਾਮਯਾਬ ਨਾ ਹੋਵੇਂ ਕਿਉਂਕਿ ਮੇਨ ਤਰੂ ਭਾਗ ਲੱਗਦਾ ਹੀ ਲੱਗਦੇ ਪੁੱਤਰਾ ਮੇਰਾ ਤੂੰ ਜੋ ਕਰਨਿਆ ਅੱਜ ਦੁਨੀਆ ਦਾ ਸਭ ਤੋਂ ਮਹਿੰਗਾ ਪਲੇਅਰ ਮਾਈਕਲ ਜਾਰਡਨ ਆ ਔਰ ਜਾਰਡਨ ਦੇ ਸ਼ੂਜ਼ ਤੇ ਤੁਹਾਨੂੰ ਪਤਾ ਹੀ ਆ ਕਿੰਨੇ ਦੇ ਆਉਂਦੇ ਆ ਸਿਰਫ ਇੱਕ ਉੱਤੇ ਐਂ ਕਰਕੇ ਇੱਕ ਭਾਈਆ ਬਣਾ ਦਿੰਦੇ ਆ ਤੇ ਉਹ ਫਿਰ 10-12 ਹਜ਼ਾਰ ਤੋਂ ਸ਼ੁਰੂ ਹੁੰਦੇ ਆ ਜਿ ਕਰਕੇ ਤੇ ਮੈਂ ਵੀ ਲਈ ਮਤਲਬ ਕਾਫੀ ਮਹਿੰਗੇ ਆ ਮੈਨੂੰ ਸ਼ੌਂਕ ਜਿਹੜਾ ਇਹ ਕਰੀ ਲੈਦਾ ਤੇ ਸੋ ਇਹ ਇਹ ਜ਼ਿੰਦਗੀ ਆ ਇਹ ਮੈਂ ਮਾਂ ਪੇ ਆਪਾਪ ਜਿੰਨੇ ਆਏ ਆ ਨਾ ਉਹ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਹਿੰਮਤ ਨਾ ਹਾਰਿਓ ਤੁਸੀਂ ਗੱਲ ਸੁਣੋਂ ਤਾਂ ਮੇਰਾ ਭਾਵੇਂ ਆ ਕਿ ਬੰਦਾ ਜੇ ਤੁਸੀਂ ਆਏ ਜੇ ਇਹ ਇਲਾਜ ਤੇ ਬਹੁਤ ਸਿੰਪਲ ਆ ਬਿਮਾਰੀ ਬੜੀ ਖਤਰਨਾਕ ਆ ਇਲਾਜ ਬੜਾ ਸਿੰਪਲ ਆ WHO ਕਹਿੰਦਾ ਵਾ 100% ਸੰਭਵ ਇਲਾਜ ਆ ਪਰ ਕਹਿੰਦਾ ਵਾ ਇਹਦੇ ਫੇਲਿਅਰ ਰੇਟ 98 ਆ ਹੁਣ ਵੇਖੋ ਕਿੱਡੀ ਹਰਾਨੀ ਵਾਲੀ ਗੱਲ ਆ WHO ਕਹਿੰਦਾ ਵੀ 100% ਸੰਭਵ ਇਲਾਜ ਆ ਪਰ ਕਹਿੰਦਾ ਫੇਲਿਅਰ ਰੇਟ ਜਿਹੜਾ ਇਹਦਾ 98 ਆ ਤੇ 2% ਹੀ ਬੰਦੇ ਪਾਸ ਹੁੰਦੇ ਆ ਐਡਿਕਸ਼ਨ ਦੀ ਬਿਮਾਰੀ ਦੇ ਵਿੱਚ ਆਪਣੇ ਆਪ ਸਰਵਾਈਵ ਕਰ ਪਾਉਂਦੇ ਆ ਰਿਕਵਰੀ 'ਚ ਆਪ ਆਉਂਦੇ ਆ ਉਹ ਕਹਿੰਦਾ ਵੀ ਉਹ 2% ਬੰਦੇ ਆ ਜਿਹੜੇ ਉਹ ਲੱਭੋ ਕੌਣ ਆ ਹੁਣ ਜਿਹੜੇ ਸਕਸੈਸ ਰੇਟ ਜਿਹੜੇ ਜਿਦਮ ਜਿਵੇਂ ਮੇਰੇ ਉਸਤਾਦ ਜੀ ਉਹ ਕਹਿੰਦੇ ਹੁੰਦੇ ਸੀ ਵੀ ਪੁੱਤ ਜੇ ਕਾਮਯਾਬ ਬੰਨਾ ਨਾ ਤੇ ਕਾਮਯਾਬ ਬੰਦੇ ਦੀਆਂ ਧੂੜਾਂ ਹੀ ਪੱਟ ਮਾਰੋ ਵੇਖ ਕਰਦਾ ਕੀ ਐ ਸਾਰੀ ਦਿਹਾੜੀ ਤੂੰ ਬਸ ਇਹ ਵੇਖਣਾ ਸਾਰੀ ਦਿਹਾੜੀ ਕਰਦਾ ਕੀ ਐ ਕਾਮਯਾਬ ਬੰਦਾ ਤੇ ਕਾਮਯਾਬ ਹੋ ਜਾਏਗਾ ਬਸ ਉਹਨੂੰ ਫੋਲੋ ਹੀ ਕਰਨਾ ਪਰ ਫੋਲੋ ਕਰਕੇ ਇਹ ਨਹੀਂ ਕਿ ਸੁੱਤੇ ਰਹਿਣਾ ਫੋਲੋ ਕਰਨਾ ਮਤਲਬ ਵੀ ਉਹਨੂੰ ਫੋਲੋ ਕਰਨਾ ਸੋ ਜਦੋਂ ਕਾਮਯਾਬ ਹੋਣਾ ਵਾ ਤੇ WHO ਕਹਿੰਦਾ ਵਾ ਵੀ 98% ਤੇ ਫੇਲ ਹੋ ਜਾਂਦੇ ਆ ਹੁਣ ਉਹ ਠੀਕ ਕਹਿੰਦਾ ਕਿਉਂਕਿ ਐਡਿਕਸ਼ਨ ਦੀ ਬਿਮਾਰੀ ਦੇ ਵਿੱਚ ਟਰੀਟਮੈਂਟ ਜਿਹੜਾ ਵਾ ਇੱਕ ਤਰੀਕੇ ਨਾਲ ਚੱਲਦਾ ਵਾ ਇਹਦੇ ਤਰੀਕੇ ਦੋ ਆ ਇਹਦਾ ਅੱਧਾ ਤਰੀਕਾ ਵਾ ਕਿ ਇਹਨੂੰ ਮੈਡੀਕਲੀ ਮੈਡੀਸਿਨ ਦੇ ਨਾਲ ਟਰੀਟ ਕਰਨਾ ਪੈਂਦਾ ਠੀਕ ਕਰਨਾ ਪੈਂਦਾ ਦੂਜਾ ਵਾ ਕਿ ਕਾਉਂਸਲਿੰਗ ਨਾਲ ਦੇ ਨਾਲ ਲੈਣੀ ਪੈਂਦੀ ਆ ਹੁਣ ਜਿਹੜੇ ਲੋਕ ਫੇਲ ਹੁੰਦੇ ਆ ਉਹਨਾਂ ਦੇ ਫੇਲ ਹੋਣ ਦੇ ਕਾਰਨ ਇਹ ਆ ਜਾਂ ਜਿਹੜੇ ਲੋਕ ਬਾਰ-ਬਾਰ ਰਿਲੈਪਸ ਮਾਰਦੇ ਆ ਉਹ ਕਾਰਨ ਆ ਕਿ ਜਾਂ ਤੇ ਉਹ ਪੱਲਾ ਫੜ ਲੈਂਦੇ ਦਵਾਈ ਦਾ ਵੀ ਦਵਾਈ ਖਾਈ ਜਾਓ ਜੀ ਫੱਟੇ ਚੱਕ ਦੋ ਦਵਾਈ ਦੇ ਵੀ 10 ਸਾਲ ਖਾਲੀ 15 ਸਾਲ ਖਾਲੀ ਜੀ ਸਾਰੀ ਜ਼ਿੰਦਗੀ ਖਾਈ ਜਾਣ ਰਿਆ ਜੀ ਗੱਲ ਕਾਦੀ ਆ ਤੇ ਜਾਂ ਫਿਰ ਮੀਟਿੰਗਾਂ ਮੀਟਿੰਗਾਂ ਦੀ ਸਵੇਰੇ ਛਾਂ ਮੇ ਮੀਟਿੰਗਾਂ ਕਰੀ ਤਰੀ ਜਾਣੀਆਂ ਸੁਣੀ ਤਰੀ ਜਾਣੀਆਂ ਤੇ ਮੈਡੀਸਿਨ ਵਾਲੇ ਪਾਸੇ ਮੂੰਹ ਵੀ ਨਹੀਂ ਕਰਨਾ ਇਹ ਦੋਵੇਂ ਲੋਕ ਫੇਲ ਹੁੰਦੇ ਆ ਇਹਨੂੰ ਬੜੇ ਹੀ ਸਹੀ ਤਰੀਕੇ ਦੇ ਨਾਲ बराबर योगदान ਰੱਖ ਕੇ ਵੀ ਇੰਨਾ ਕਿ ਮੈਂ ਆ ਮੈਨੂੰ ਡਾਕਟਰ ਨੇ ਕਿਹਾ ਵੀ ਮਹੀਨਾ ਇੱਕ ਦਵਾਈ ਖਾਣੀ ਆ ਤੇ ਮਹੀਨੇ ਦੇ ਵਿੱਚ ਮੈਨੂੰ 4 ਮੀਟਿੰਗਾਂ ਅਟੈਂਡ ਕਰਨ ਲਈ ਕਹੀਆਂ ਤੋਂ ਇਹ ਮੈਂ ਡਾਕਟਰ ਨੇ ਮੈਨੂੰ ਕਿਹਾ ਵਾ ਤੇ ਇਹ ਮੈਂ ਕਰਨਾ ਆਪਣੀ ਮੱਤ ਨਾ ਚਲਾ ਕੇ ਆਪਣੀ ਮੱਤ ਨਾ ਚਲਾ ਕੇ ਹੁਣ ਤੁਸੀਂ ਸਮਝ ਲਓ ਜੇ ਤੁਸੀਂ ਇੱਥੇ ਆ ਕੇ ਵੀ ਆਪਣੀ ਮੱਤ ਚਲੋਂਗੇ ਤੇ ਤੁਹਾਡਾ ਤੇ ਹਾਲ ਉਹ ਉਹ ਬੰਦੇ ਵਰਗਾ ਹੋ ਗਿਆ ਜਿਹੜਾ ਗੁਰਦੁਆਰੇ ਚ ਜਾ ਕੇ ਵੀ ਉਹਦੇ ਨੁਕਸ ਕਰਦਾ ਹੋਵੇ ਮੈਂ ਬੜੇ ਬੰਦੇ ਵੇਖਿਆ ਗੁਰਦੁਆਰੇ ਲੰਗਰ ਛਕਦੇ ਛਕਦੇ ਕਈ ਜਾਣਗੇ ਦਾਲ ਚ ਲੂਣ ਜ਼ਿਆਦਾ ਨਹੀਂ ਪਾਤਾ ਉਹ ਵੀ ਭਲਿਆ ਖਾਲਾ ਤੂੰ ਕਿਹੜਾ ਹਰ ਵੇਲੇ ਇੱਥੋਂ ਹੀ ਖਾਣੀ ਐ ਅੱਜ ਆਇਆ ਮੈਂ ਸ਼ੱਕਲਾ ਨਾਲੇ ਦਾਲਾਂ ਚ ਕਦੀ ਲੂਣ ਜ਼ਿਆਦਾ ਥੜੀ ਹੁੰਦੇ ਆ ਤੇਰਾ ਮੂੰਹ ਦਾ ਸਵਾਦ ਉਤਰਾਂ ਦਾ ਹੋਊਗਾ ਵੀ ਤੈਨੂੰ ਲੂਣ ਜ਼ਿਆਦਾ ਲੱਗਾ ਸੋ ਜੇ ਤੁਸੀਂ ਇੱਥੇ ਆ ਕੇ ਵੀ ਆਪਣੀ ਮਨਮਰਜ਼ੀ ਕਰਨੀ ਐ ਤਾਂ ਫਿਰ ਡਾਕਟਰ ਕੋਲ ਦਾ ਫਾਇਦਾ ਕੀ ਡਾਕਟਰ ਦੀ ਮੰਨੋ ਪੂਰੀ ਡਾਕਟਰ ਦੀ ਮੰਨਣੀ ਐ ਤੇ ਪੂਰੀ ਮੰਨੋ ਤੇ ਘਰ ਵਾਲਿਆਂ ਨੂੰ ਮੈਂ ਬਾਰ-ਬਾਰ ਬੇਨਤੀ ਕਰਦਾ ਵਾਂ ਇਹ ਬਿਮਾਰੀ ਆ ਇਹਦੇ ਚ ਬੰਦੇ ਦੀ ਇੱਜ਼ਤ ਕਰੋ ਬੰਦਾ ਇੱਜ਼ਤੋਂ ਬੜਾ ਟੁੱਟਿਆ ਹੋਇਆ ਜੇ ਜਦੋਂ ਮੈਂ ਨਸ਼ਾ ਕਰਦਾ ਹਾਂ ਨਾ ਤੇ ਮੈਨੂੰ ਇੱਕੋ ਗੱਲ ਹੁੰਦੀ ਹੁੰਦੀ ਕਿ ਮੈਂ ਕਹਿੰਦਾ ਨਾ ਯਾਰ ਮੇਰੀ ਘਰ ਦੇ ਵਿੱਚ ਇੱਜ਼ਤ ਕੋਈ ਨਹੀਂ ਹਾਂ ਠੀਕ ਆ ਮੈਨੂੰ ਇੱਜ਼ਤ ਕਮਾਉਣੀ ਪਈ ਮੇਰੀ ਮਾਂ ਬਿਲਕੁਲ ਇੱਜ਼ਤ ਨਹੀਂ ਕਰਦੀ ਮੇਰੀ ਜਦੋਂ ਬੰਦੇ ਤੇ ਦਾੜੀ ਮੋਛ ਆ ਜਾਂਦੀ ਆ ਨਾ ਮਾਰੀ ਮਾਰੀ ਗੱਭਰੂ ਹੁੰਦਾ ਉਹਨੂੰ ਹੁੰਦਾ ਵੀ ਯਾਰ ਮਾਪੇ ਵੀ ਮਾੜੀ ਮਾੜੀ ਇੱਜ਼ਤ ਕਰਨ ਪਰ ਮਾਪੇ ਉਹਤਰਾ ਹੀ ਟਰੀਟ ਕਰਦੇ ਜਿੱਦਾਂ ਨਿੱਕੇ ਹੁੰਦਾ ਤਾਂ ਮਾਂ ਕਹਿੰਦੀ ਤੂੰ ਤੇ ਸਕੰਦਰ ਦੀ ਮਾਂ ਉਹ ਐ ਸਕੰਦਰਾ ਹੀ ਕਹਿੰਦੀ ਹੁੰਦੀ ਸੀ ਤੇ ਮੈਂ ਵੀ ਤੈਨੂੰ ਉਹ ਹੀ ਕਹਿਣਾ ਤੇ ਬੱਚਾ ਵੀ ਕਹਿੰਦਾ ਵੀ ਨਹੀਂ ਮੈਂ ਹੁਣ ਵੱਡਾ ਹੋ ਗਿਆ ਹੁਣ ਮੇਰਾ ਵਿਆਹ ਹੋ ਗਿਆ ਮੇਰੀ ਜਨਾਨੀ ਆ ਗਈ ਮੈਨੂੰ ਮਾੜਾ ਜਾ ਤੇ ਤਮੀਜ਼ ਨਾ ਫਲਾ ਲਿਆ ਕਰੋ ਪਰ ਉਹ ਮਾਂ ਫਿਰ ਟਲਦੀ ਨਹੀਂ ਨਾ ਤੇ ਉਹ ਬੰਦੇ ਨੇ ਬੜੀ ਲੇਟ ਸਿੱਖਣਾ ਹੁੰਦਾ ਵਾ ਵੀ ਇਹ ਮਾਂ ਵਾਂ ਇਹਨੇ ਇਤਰਾ ਹੀ ਟਰੀਟ ਕਰਨਾ ਵਾ ਕੋਈ ਗੱਲ ਨਹੀਂ ਤੇ ਪਰ ਮਾਂ ਜੇ ਸਿੱਖ ਜੇ ਕੀ ਨਹੀਂ ਇਹ ਮੇਰਾ ਬੱਚਾ ਵਾ ਇਹ ਦੀ ਜੋ ਹੁਣ ਸਮੇਂ ਦੇ ਹਿਸਾਬ ਦੇ ਨਾਲ ਤਬਦੀਲੀ ਆ ਗਈ ਆ ਤੋ ਕਦੀ ਕਦੀ ਮੈਨੂੰ ਵੀ ਇਨੂੰ ਰਿਸਪੈਕਟ ਦੇਣੀ ਬਣਦੀ ਆ ਖਾਸ ਕਰਕੇ ਇਹਦੇ ਕੰਮ ਪ੍ਰਤੀ ਅਸੀਂ ਆਪਣੇ ਬੱਚਿਆਂ ਨੂੰ ਐਪਰੀਸ਼ੀਏਟ ਨਹੀਂ ਕਰਦੇ ਆ ਉਹਨਾਂ ਨੂੰ ਗੱਲ ਵਕੜੀ ਤੇ ਜ਼ਰੂਰ ਪਾ ਲੈਣੇ ਆ ਪਰ ਉਹ ਗਲਵਕੜੀ ਦਾ ਨਿੱਗ ਨਹੀਂ ਆਪਾਂ ਦੇ ਪਉਣ ਨੇ ਜੋ ਉਹਨਾਂ ਨੂੰ ਨਿੱਗ ਸੱਚੀ ਮੁੱਤੀ ਚਾਹੀਦਾ ਹੁੰਦਾ ਸੋ ਕਿਤੇ ਨਾ ਕਿਤੇ ਅੱਜ ਦਾ ਸਮਾਂ ਜੇਕਰ ਲਾਇਆ ਜਾਵੇ ਤੋਂ ਸਾਡੇ ਕੋਲ ਬਹੁਤ ਘੱਟ ਪੜ੍ਹਾਈ ਆ ਆਪਣੇ ਬੱਚਿਆਂ ਦੇ ਨਾਲ ਡੀਲ ਕਰਨ ਦੀ ਹੁਣ ਮੇਰਾ ਬੱਚਾ ਮੇਰੇ ਮੇਰਾ ਬੇਟਾ ਜਿਹੜਾ ਵਾ ਉਹਦਾ ਕਦਮ ਮੇਰੇ ਜਿੱਡਾ ਹੋ ਗਿਆ ਮਤਲਬ ਉਹ 10ਵੀਂ ਕਲਾਸ 'ਚ ਆ ਤੇ ਉਹ ਪਲੇਅਰ ਆ ਤੇ ਮੈਨੂੰ ਉਹਦੇ ਨਾਲ ਟ੍ਰੀਟ ਕਰਨਾ ਉਹਦੇ ਨਾਲ ਗੱਲਬਾਤ ਕਰਨੀ ਉਹਨੂੰ ਐਪਰੀਸ਼ੀਏਟ ਕਰਨਾ ਉਹ ਉਹਦੇ ਨਾਲ ਇੱਕ ਕੰਟੈਕਟ ਬਣਾਉਣਾ ਐਂਡ ਜੋ ਕੋਈ ਗੱਲ ਪੁੱਛਣੀ ਆ ਤੇ ਮੈਨੂੰ ਬੜੇ ਹੀ ਤਰੀਕੇ ਘੜਨੇ ਪੈਂਦੇ ਆ ਮੈਂ ਸਿੱਧੀ ਗੱਲ ਨਹੀਂ ਪੁੱਛ ਸਕਦਾ ਵੀ ਹੈਰੀ ਭਾ ਕਿਦਾਂ ਉਹ ਕਹਿੰਦਾ ਫਿਰ ਭਾ ਤੇ ਭਾ ਹੀ ਸਹੀ ਫਿਰ ਕੋਈ ਗੱਲ ਨਹੀਂ ਕਰਾਂਗੇ ਗੱਲਬਾਤੋਂ ਫਿਰ ਮੈਨੂੰ ਬੜੇ ਤਰੀਕੇ ਨਾਲ ਇੱਜ਼ਤ ਦਿੰਦਿਆਂ ਹੋਇਆਂ ਉਹਨੂੰ ਪੁੱਛਣਾ ਪੈਂਦਾ ਵਾ ਇੱਕ ਉਹਨੂੰ ਕੰਫਰਟ ਜ਼ੋਨ ਦੇ ਵਿੱਚ ਲੈ ਕੇ ਜਾਣਾ ਪੈਂਦਾ ਜਿੱਥੇ ਪਿਓ ਭੁੱਲੀ ਜਾਵੇ ਵੀ ਇਹ ਪਿਓ ਆ ਤੇ ਹੋਰ ਵੀ ਰਿਸ਼ਤੇ ਭੁੱਲ ਜਾਣਾ ਤੇ ਹੋਰ ਵੀ ਕੋਈ ਰਿਸ਼ਤਾ ਵਾ ਇਹੋ ਜਿਹਾ ਕੋਈ ਸਿਸਟਮ ਬਣਾਉਣਾ ਪੈਂਦਾ ਵਾ ਜਿਹੜਾ ਤੁਹਾਨੂੰ ਇਹ ਪ੍ਰੋਗਰਾਮ ਸਿਖਾਉਂਦਾ ਮੈਂ ਇਹ ਪ੍ਰੋਗਰਾਮ ਪਤਾ ਕਿਉਂ ਨਹੀਂ ਛੱਡਦਾ ਇਹਦੇ 'ਚ ਨਜ਼ਾਰੇ ਬੜੇ ਆ ਨਸ਼ਾ ਕੀਤਾ ਨਸ਼ਾ ਛੱਡਤਾ ਛੁੱਟ ਗਿਆ ਆਪਣੇ ਕੰਮਕਾਰ ਕਰਦੇ ਵਧੀਆ ਹੀ ਪਰ ਮੈਂ ਜਦੋਂ ਸਿੱਖਣਾ ਸ਼ੁਰੂ ਕੀਤਾ ਨਾ ਮੈਨੂੰ ਸਵਾਦ ਬੜਾ ਆਉਣਾ ਸ਼ੁਰੂ ਹੋ ਗਿਆ ਮੈਂ ਕਿਹਾ ਯਾਰ ਇਹ ਜਿਹੜਾ ਸਿੱਖਣ ਵਾਲਾ ਕੰਮ ਬਾਬਾ ਜੀ ਨੇ ਐਵੇਂ ਤਾਂ ਨਹੀਂ ਸਿੱਖ ਬਣਾਤਾ ਉਹ ਕਹਿੰਦੇ ਸਿੱਖੀ ਚੱਲ ਮੈਂ ਕਹਾਂ ਯਾਰ ਸਿੱਖਣ ਵਾਲੀ ਚੀਜ਼ ਆ ਹੁਣ ਮਾਈਕਲ 乔ਰਡਨ ਤੋਂ ਕਿੰਨਾ ਕੁਝ ਸਿੱਖ ਲਿਆ ਉਹਦੀ ਕਹਾਣੀ ਤੋਂ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਤੋ ਬੰਦਾ ਸਿੱਖਦਾ ਜਦੋਂ ਰਹਿੰਦਾ ਨਾ ਉਹਦਾ ਚਾਹ ਹੀ ਨਹੀਂ ਮੁੱਕਦਾ ਬੰਦੇ ਦਾ ਰੋਜ਼ ਨਵਾਂ ਦਿਨ ਚੜਦਾ ਰੋਜ਼ ਨਵੀਂ ਰੌਣਕ ਹੁੰਦੀ ਆ ਚਿਹਰੇ ਦੇ ਉੱਤੇ ਲੋਕੀ ਕਹਿੰਦੇ ਲੋਕੀ ਤੁਹਾਡੀਆਂ ਰੌਣਕਾਂ ਤੋਂ ਸੜਨਗੇ ਲੋਕੀ ਉਹਨਾਂ ਦੀਆਂ ਚੀਕਾਂ ਨਿਕਲ ਜਾਣੀਆਂ ਲੋਕਾਂ ਦੀਆਂ ਜਿਹੜੇ ਤੁਹਾਨੂੰ ਦੁਤਕਾਰ ਕੇ ਛੱਡ ਕੇ ਗਏ ਨਾ ਲੋਕ ਉਹਨਾਂ ਲੋਕਾਂ ਦੀਆਂ ਚੀਕਾਂ ਨਿਕਲ ਜਾਨੀਆਂ ਚੀਕਾਂ ਉਹਨਾਂ ਨੇ ਕਿਹਾ ਹੈ ਅਸੀਂ ਐਡਾ ਕੀਮਤੀ ਬੰਦਾ ਗਵਾ ਲਿਆ ਐਡਾ ਕੀਮਤੀ ਬੰਦਾ ਗਵਾ ਲਿਆ ਤੁਸੀਂ ਤੁਸੀਂ ਸੋਚ ਕੇ ਵੇਖੋ ਇਹ ਬੜੇ ਬੜੀ ਜ਼ਬਰਦਸਤ ਬੜੀ ਜ਼ਬਰਦਸਤ ਚੀਜ਼ ਆ ਸਾਡੇ ਨਾ ਮੈਂ ਤਾਂ ਆਪਣੀ ਗੱਲ ਸੁਣਾਉਣਾ ਇੱਕ ਬੜੀ ਗੱਲ ਹਾਸੇ ਵਾਲੀ ਫਨੀ ਆ ਥੋੜੀ ਜੀ ਮੇਰੇ ਨਾਲ ਨਾਲ ਇੱਕ ਕੁੜੀ ਪੜਦੀ ਹੁੰਦੀ ਸੀ ਬੜੇ ਉਸ ਟਾਈਮ ਦੇ ਉੱਤੇ ਬੜੀ ਸੋਹਣੀ ਹੁੰਦੀ ਸੀ ਕੁੜੀ ਉਹ ਇਹ ਸਾਰਾ ਕਾਲਜ ਜੂ ਸਾਰਾ ਸਕੂਲ ਉਹਦੇ ਪਿੱਛੇ ਪਿਆ ਹੋਣਾ ਸੀ ਵੀ ਅਸੀਂ ਵੀ ਪ੍ਰਪੋਜ਼ ਕਰਨਾ ਸੀ ਵੀ ਪ੍ਰਪੋਜ਼ ਕਰਨਾ ਤੇ ਮੈਂ ਥੋੜਾ ਜਿਹਾ ਛਾਈ ਜਾਂਦਾ ਮੈਂ ਤਾਂ ਕਦੀ ਕੀਤਾ ਨਹੀਂ ਪਰ ਵਿੱਚੋਂ ਵਿੱਚੋਂ ਸੋਹਣੀ ਬੜੀ ਲੱਗਦੀ ਸੀ ਤੇ ਅੱਛਾ ਉਹ ਹੁਣ ਹੋਇਆ ਕੀ ਕਿ ਹੁਣ ਮੇਰੀ ਉਮਰ ਅੱਜ 44 42 ਸਾਲ ਹੋ ਗਈ ਪਰ ਮੈਂ ਆਪਣੀ ਫਿਟਨੈਸ ਦਾ ਧਿਆਨ ਰੱਖਿਆ ਇੱਕ ਦਿਨ ਆਹੀ ਉੱਥੇ ਮਾਰਕੀਟ ਘੁੰਮਣ ਦੇ ਤੋ ਉਹ ਐਡੀ ਮੋਟੀ ਹੋਈ ਐਡੀ ਮੋਟੀ ਤੇ ਮੈਂ ਵੇਖ ਕੇ ਨਾ ਮੈਂ ਨਾਲ ਹੀ ਆਪਣਾ ਨੂੰ ਐ ਕਰ ਲਿਆ ਮੈਂ ਕਹੋ ਛੱਡ ਮਨਾ ਓਏ ਇਹ ਕਿਹੜੀ ਗੱਲ ਹੋਈ ਏ ਇਹ ਤੇ ਗੱਲ ਹੀ ਕੁਝ ਹੋਰ ਹੋਗੀ ਜੋ ਇਹਦਾ ਮਤਲਬ ਇਹ ਆ ਕਿ ਤੁਹਾਨੂੰ ਇਹੋ ਜੀਆਂ ਅਚੀਵਮੈਂਟਸ ਦੇ ਉੱਤੇ ਇੱਕ ਖੁਸ਼ੀ ਮਿਲਦੀ ਆ ਜਦੋਂ ਤੁਸੀਂ ਵਧੀਆ ਹੁੰਦੇ ਹੋ ਜ਼ਬਰਦਸਤ ਹੁੰਦੇ ਹੋ ਅਗਲੇ ਨੂੰ ਕਰਾਸ ਕਰਕੇ ਅੱਗੇ ਨਿਕਲਦੇ ਹੋ ਤੁਹਾਨੂੰ ਇੱਕ ਜ਼ਬਰਦਸਤ ਖੁਸ਼ੀ ਇੱਕ ਜ਼ਬਰਦਸਤ એનર્ਜੀ ਮਿਲਦੀ ਆ ਜਿਹੜੀ ਤੁਸੀਂ ਖਰੀਦ ਨਹੀਂ ਸਕਦੇ ਉਰੇ ਬੜੀ ਜ਼ਬਰਦਸਤ ਮੈਂ ਤੁਹਾਨੂੰ ਇਹ ਗੱਲ ਤਾਂ ਸੁਣਾਈ ਆ ਤਾਂ ਲੇਕਿਨ ਮੇਰੀ ਵਾਈਫ ਇੱਥੇ ਕਿਦੇ ਘੁੰਮਦੀ ਉਹਨੂੰ ਪਤਾ ਲੱਗ ਜਾਣਾ ਵੀ ਇਹਨੇ ਇਹੋ ਜੀ ਕੋਈ ਗੱਲ ਸੁਣਾਈ ਆ ਤੇ ਪਰ ਮੈਂ ਰਿਸਕ ਲੈ ਆ ਵੇਖੋ ਹਨਾ ਸੋ ਇਹ ਬੜਾ ਜ਼ਬਰਦਸਤ ਪ੍ਰੋਗਰਾਮ ਆ ਤੁਸੀਂ ਚਾਹ ਕੇ ਵੀ ਇਹਨੂੰ ਨਹੀਂ ਛੱਡ ਸਕਦੇ ਜਦੋਂ ਤੁਹਾਨੂੰ ਇਹਦਾ ਸਵਾਦ ਪੈ ਗਿਆ ਨਾ ਜਦੋਂ ਤੁਹਾਨੂੰ ਇਹਦੇ ਚੋਂ એનર્ਜੀ ਮਿਲਣ ਲੱਗੀ ਤੁਹਾਨੂੰ ਇਹਦਾ ਸਵਾਦ ਪੈ ਗਿਆ ਤੁਸੀਂ ਤੁਸੀਂ ਕਹਿਣਾ ਵੀ ਬਸ ਅਹੀਂ ਤੁਸੀਂ ਹਿਸਾਬ ਲਾ ਲਓ WHO ਗਲਤ ਨਹੀਂ ਕਹਿੰਦਾ ਉਹ ਕਹਿੰਦਾ ਵਾ 98% ਬੰਦੇ ਫੇਲ ਹੋ ਜਾਂਦੇ ਆ 2011 ਤੋਂ ਸਾਡੀ ਦੌੜ ਲੱਗੀ ਆ ਮੈਂ ਪਤਾ ਨਹੀਂ ਕਿੰਨੇ ਬੰਦਿਆਂ ਦੇ ਨਾਲ ਟੱਚ ਵਿੱਚ ਆਇਆ ਕਿੰਨੇ ਬੰਦੇ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਕਿ ਯਾਰ ਮੈਂ ਕਿੰਨੀ ਕੁ ਦੇਰ ਇੱਥੇ ਬੋਲਦਾ ਰਹੂੰਗਾ ਕੋਈ ਅਗਲਾ ਆਮਨ ਆਵੇ ਮੇਰੀ ਜਗ੍ਹਾ ਲਵੇ ਮੈਨੂੰ ਪਿਛਾੜੇ ਮੇਰ ਤੋਂ ਗਾਂ ਲੰਗੇ ਪਰ ਆਏ ਬੰਦੇ ਇਹੋ ਜਿਹੇ ਬੜੇ ਮੇਰ ਤੋਂ ਵੀ ਗਾਂ ਲੰਗੇ ਮੈਨੂੰ ਦਿਸਿਆ ਵੀ ਪੀ ਇਹ ਬੰਦਾ ਕਰੂਗਾ ਕੁਝ ਨਾ ਕੁਝ ਪਰ ਉਹ ਬੰਦੇ ਬੜੀ ਛੇਤੀ ਹਾਰ ਕੇ रेस ਵਿੱਚ ਪਿੱਛੇ ਰਹਿ ਗਏ ਸੋ ਮੈਂ ਚਾਹਉਂਦਾ ਤੁਸੀਂ ਨਿਕਲੋਗਾ ਘਰਦਿਆਂ ਨੂੰ ਵੀ ਉਹਦਾ ਸਾਥ ਦੇਣਾ ਚਾਹੀਦਾ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਉਹਨੂੰ ਗਾਂ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹ ਪ੍ਰੋਗਰਾਮ ਬੜਾ ਜ਼ਬਰਦਸਤ ਆ ਇਹ ਪ੍ਰੋਗਰਾਮ ਅਗਰ ਇੱਕ ਵਾਰੀ ਤੁਹਾਡੇ ਬੱਚੇ ਦੇ ਅੰਦਰ ਆ ਗਿਆ ਤੁਹਾਡਾ ਤੁਹਾਡੀਆਂ ਤਿੰਨ ਪੀੜੀਆਂ ਬਦਲ ਜਾਣੀਆਂ ਤੁਸੀਂ ਵੇਖੋ ਇਹ ਜਨਰੇਸ਼ਨ ਬਾਏ ਜਨਰੇਸ਼ਨ ਬਿਮਾਰੀ ਟਰੈਵਲ ਕਰਦੀ ਹੈ ਮੇਰੇ ਦਾਦੇ ਤੋਂ ਮੇਰੇ ਪਿਓ 'ਚ ਮੇਰੇ ਪਿਓ ਤੋਂ ਮੇਰੇ 'ਚ ਤੇ ਮੈਂ ਇਹਨੂੰ ਇੱਥੇ ਬ੍ਰੇਕ ਕੀਤਾ ਹੁਣ ਮੇਰੇ ਤੋਂ ਮੇਰੇ ਬੱਚੇ ਦੇ ਵਿੱਚ ਗਾਂ ਮੈਂ ਟਰੈਵਲ ਨਹੀਂ ਕਰਨ ਦੇਣੀ ਮੈਂ ਇੰਨਾ ਰਿਸਕ ਨਹੀਂ ਲੈਣਾ ਤੁਸੀਂ ਸਮਝਦੇ ਪਏ ਨਾ ਗੱਲ ਮੈਂ ਕੀ ਕਰਦਾ ਪਿਆ ਮਟਾਪਾ ਸ਼ੂਗਰ ਬੀਪੀ ਇਹੋ ਜਿਹੀਆਂ ਜਿਵੇਂ ਐਡਿਕਸ਼ਨ ਇਹ ਸਾਰੀਆਂ ਬਿਮਾਰੀਆਂ ਬਾਈ ਜੀਨਸ ਟਰੈਵਲ ਕਰਦੀਆਂ ਆ ਹੁਣ ਬੱਚੀਆਂ ਬੈਠੀਆਂ ਜਿਹੜੀਆਂ ਇੰਟਰਨਸ਼ਿਪ ਕਰਨ ਆਈਆਂ ਇਹਨਾਂ ਨੂੰ ਤੇ ਪਤਾ ਸਾਰੀ ਗੱਲ ਦਾ ਵੀ ਟਰੈਵਲ ਕਰਦੀਆਂ ਇਹ ਬਿਮਾਰੀਆਂ ਡਾਇਬੀਟਿਸ ਅੱਜਕੱਲ ਬੱਚਾ ਜੰਮਦਾ ਇਹ ਨਾ షుగర్ ਢਿੱਡ ਦੇ ਵਿੱਚੋਂ ਮਾਂ ਦੇ ਗਰਭ ਦੇ ਵਿੱਚੋਂ ਨਾਲ ਹੀ ਸ਼ੂਗਰ ਆ ਜਾਂਦੀ ਬੱਚੇ ਜੰਮਦੇ ਨੂੰ ਸ਼ੂਗਰ ਹੁੰਦੀ ਆ ਪਰ ਜੇ ਚਾਓ ਤੇ ਸ਼ੂਗਰ ਉੱਥੇ ਬ੍ਰੇਕ ਹੋ ਸਕਦੀ ਆ ਅਗਲੀ ਪੀੜੀ ਦੇ ਵਿੱਚ ਸ਼ੂਗਰ ਨਹੀਂ ਜਾ ਸਕਦੀ ਤੁਸੀਂ ਪੜ ਲਓ YouTube ਦੇ ਉੱਤੇ Google ਦੇ ਉੱਤੇ ਸਾਰਾ ਰਿਸਰਚ ਹੈਗੀ ਐ ਇਸ ਚੀਜ਼ ਦੀ ਬਕਾਇਦਾ ਤੇ ਐਡਿਕਸ਼ਨ ਦੀ ਬਿਮਾਰੀ ਵੀ ਇਸੇ ਤਰ੍ਹਾਂ ਚਾਓ ਤੇ ਇੱਥੇ ਬ੍ਰੇਕ ਕਰ ਸਕਦੇ ਹੋ ਤੁਹਾਡੀ ਅਗਲੀ ਪੀੜੀ ਦੇ ਵਿੱਚ ਟ੍ਰੈਵਲ ਨਹੀਂ ਕਰੂਗੀ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਅਗਲੀ ਪੀੜੀ ਦੇ ਵਿੱਚ ਐਡਿਕਸ਼ਨ ਟ੍ਰੈਵਲ ਕਰੇ ਭਾਰਤ ਹਾਂ ਇਹਦੀ ਜ਼ਿੰਮੇਵਾਰੀ ਮੇਰੀ ਆ ਤੇ ਫਿਰ ਉਹੀ ਗੱਲ ਮੈਂ ਕਰੂੰਗਾ ਕਿ ਬਾਬਾ ਜੀ ਹਮੇਸ਼ਾ ਤੁਹਾਨੂੰ ਦੋ ਰਸਤੇ ਦਿੰਦੇ ਆ ਕਿ ਪਹਿਲਾ ਰਸਤਾ ਇਹ ਆ ਕਿ ਰੋਂਦੇ ਰੋਂਦੇ ਕਰਨਾ ਤੇ ਦੂਜਾ ਕੀ ਆ ਕਿ ਹੱਸਦੇ ਹੱਸਦੇ ਕਰਨਾ ਮੈਂ ਤੇ ਹੱਸਦੇ ਹੱਸਦੇ ਵਾਲਾ ਚੁਣਿਆ ਤੁਸੀਂ ਵੇਖੋ ਤੁਸੀਂ ਕਿਹੜਾ ਚੁਣਨਾ ਔਰ ਮੇਰੀ ਸਲਾਹ ਮੰਨੋ ਹੁਣ ਮੇਰੀ ਸਲਾਹ ਤੁਸੀਂ ਕਿਉਂ ਮੰਨੋ ਤੁਸੀਂ ਕਹੋ ਕਿ ਇਹ ਸਿਆਣਾ ਬੜਾ ਨਾ 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 ਬਾਜੀ ਮੈਂ ਕੋਈ ਸਿਆਣਾ ਬੰਦਾ ਨਹੀਂ ਪਰ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਠੋਕਰਾਂ ਇੰਨੀਆਂ ਖਾਧੀਆਂ ਕਿ ਮੈਂ ਚ ਉਹਨਾਂ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਤੁਹਾਂ ਜ਼ਰੂਰੀ ਕਰਨੀਆਂ ਉਹ ਗਲਤੀਆਂ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖੋ ਉਹ ਦੁਬਾਰਾ ਦੁਬਾਰਾ ਉਹਨਾਂ ਨੂੰ ਦੁਹਰਾਓ ਨਾ ਕਿਸੇ ਕਰਕੇ ਨਾ ਕਰੋ ਆਪਣੇ ਕਰਕੇ ਕਰੋ ਮਾਂ ਆਪਣੇ ਆਪ ਵਾਸਤੇ ਕੰਮ ਕਰੇ ਬੱਚਾ ਆਪਣੇ ਵਾਸਤੇ ਕਰੇ ਪਿਓ ਆਪਣੇ ਤੇ ਕਰੇ ਹਰ ਬੰਦਾ ਆਪਣੇ ਆਪਣੇ ਦੇ ਕੰਮ ਕਰੇ ਤੇ ਸਭ ਤੋਂ ਵੱਡੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਦੇ ਵਿੱਚ ਉਂਗਲੀ ਕਰਨੀ ਬੰਦ ਕਰ ਦਿਓ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿਓ ਸਾਡੇ ਨਾਲ ਉਹ ਤੇ ਪੰਛੀ ਚੰਗੇ ਆ ਚਿੜੀ ਆਪਣੇ ਬੋਟ ਜਦੋਂ ਜੰਮਦੀ ਨਾ ਜਦੋਂ ਡਾਰੀ ਮਾਰਨਾ ਸ਼ੁਰੂ ਕਰ ਦਿੰਦੇ ਆ ਨਾ ਨਜ਼ਰ ਪਰੇ ਕਰ ਲੈਂਦੀ ਹੈ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੰਦੀ ਹੈ ਤੇ ਇੱਲਾਂ ਜਿਹੜੀਆਂ ਬਾਜ ਇੱਲਾਂ ਆ ਇਹ ਤੇ ਪਹਿਲ ਬੜੀ ਪਹਿਲਾਂ ਹੀ ਛੱਡ ਦਿੰਦੇ ਉਹਨਾਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਸ਼ੇਰਨੀ ਬਸ ਬੱਚੇ ਜੰਮਦੀ ਆ ਉਸ ਤੋਂ ਬਾਅਦ ਬੱਚੇ ਮਗਰਮਗਰ ਤੁਰੇ ਫਿਰਦੇ ਆ ਉਹ ਤਾਂ ਧਿਆਨ ਤੇ ਹੁੰਨੀ ਦਿੰਦੀ ਹੋ ਪਰ ਆਪਾਂ ਆ ਨਾ ਜਿਹੜੇ ਆਪਾਂ ਹਿਊਮਨ ਆ ਨਾ ਆਪਾਂ ਭਾਵਨਾਤਮਕ ਬੜੇ ਆ ਸਾਡੀਆਂ ਭਾਵਨਾਵਾਂ ਬੜੀਆਂ ਜੁੜ ਜਾਂਦੀਆਂ ਆਪਣੇ ਫੈਮਿਲੀ ਮੈਂਬਰਸ ਨਾਲ ਬੰਦਾ ਵਿਆਹ ਬਾਚੋ ਕਰੋਂਦਾ ਵਾ ਜੇ ਪਹਿਲਾਂ ਹੀ ਆ ਗਏ ਉਹਦੇ ਉੱਤੇ ਆਪਣੇ 20 ਰੂਲ ਥਾਪ ਦਿੰਦਾ ਵੀ ਮੈਨੂੰ ਆਹ 20 ਚੀਜ਼ਾਂ ਪਸੰਦ ਦੀ ਭਗਵਾਨ ਨੇ ਆ 20 ਕਰ ਲਿਆ ਕਰੀ ਇਹ ਕੋਈ ਜ਼ਿੰਦਗੀ ਹੈ ਜ਼ਿੰਦਗੀ ਤੇ ਉਹ ਆ ਕਿ ਵਾਈਫ ਮਨ ਦੇ ਵਿੱਚ ਸੋਚੇ ਕਿ ਅਗਲੀ ਵਾਰੀ ਵੀ ਇਹੋ ਹੀ ਬੰਦਾ ਮਿਲੇ ਐਨੀ ਮਿਹਨਤ ਕਰਨੀ ਪੈਂਦੀ ਹੈ ਕਿ ਬੰਦਾ ਮਾਂ ਸੋਚੇ ਕਿ ਅਗਲੀ ਵਾਰੀ ਵੀ ਜੇ ਮੇਰੇ ਪੁੱਤ ਹੋਵੇ ਨਾ ਉਹ ਮੇਰੀ ਮਾਂ ਨਾਲ ਮੇਰੀ ਮਾਂ ਉਹ ਇੰਨੀ ਹੈਰਾਨ ਹੁੰਦੀ ਆ ਉਹਨੂੰ ਵਿਚਾਰੀ ਨੂੰ ਨਹੀਂ ਪਤਾ ਇਹ ਪ੍ਰੋਗਰਾਮ ਦਾ ਇੰਨੀ ਚੰਗੀ ਤਰੀਕੇ ਨਾਲ ਉਹਨੂੰ ਇੰਨਾ ਪਤਾ ਕੋਈ ਪਾਗਲ ਪਾਗਲ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ ਗੁੱਸਾ ਨਾ ਕਰੇ ਮੇਰੀ ਗੱਲ ਦਾ ਉਹ ਪ੍ਰਿੰਸੀਪਲ ਰਿਟਾਇਰ ਹੋਏ ਆ ਮੈਂ ਆਂਨ ਨੂੰ ਇੱਕ ਦਿਨ ਕਿਹਾ ਮੈਂ ਕਿਹਾ ਮੰਮੀ ਆਓ ਤੁਹਾਨੂੰ ਮੈਂ ਮੀਟਿੰਗ ਤੇ ਲੈ ਕੇ ਚੱਲਾਂ ਕਹਿੰਦੇ ਉੱਥੇ ਸਾਰੇ ਪਾਗਲ ਇਕੱਠੇ ਹੋਏ ਹੁੰਦੇ ਮੈਂ ਨਹੀਂ ਜਾਣਾ ਇੱਕ ਪਾਗਲਖਾਨਾ ਬੰਦ ਹੋਇਆ ਏ ਦੂਜਾ ਡਾਕਟਰ ਨੇ ਸ਼ੁਰੂ ਕਰ ਲਿਆ ਪਰ ਡਾਕਟਰ ਸਾਹਿਬ ਇੱਕ ਵਾਰੀ ਸਾਡੇ ਘਰੇ ਆਏ ਸੀ ਤੇ ਮੰਮੀ ਰੋ ਪਈ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਵਾ ਕਿ ਇਹ ਜਿਹੜਾ ਬੰਦਾ ਵਾ ਇਹ ਸੁਧਰ ਨਹੀਂ ਸਕਦਾ ਮੈਂ ਇੰਨਾ ਅੜਬ ਹਾਂ ਮੈਂ ਨਹੀਂ ਸੁਧਰ ਸਕਦਾ ਬੜਾ ਹੀ ਉੰਤਰਾ ਨਾਮ ਹੈ ਪਰ ਮੇਰੇ ਅੰਦਰ ਇੰਨੀ ਦਾਰੀ ਆ ਗਈ ਨਾ ਇੰਨੀ ਦਾਰੀ ਪਾਤੀ ਇਸ ਪ੍ਰੋਗਰਾਮ ਨੇ ਮੈਂ ਕਹਿੰਨਾ ਵੀ ਕਮਾਲ ਹੀ ਕਰਤੀ ਜੇ ਮੈਂ ਇਮਾਨਦਾਰ ਹੋਇਆ ਤੇ ਮੈਂ ਚੋਟੀ ਦਾ ਜਿਹੜੀ ਚੀਜ਼ ਹੋਈ ਮੇਰੇ ਅੰਦਰ ਚੋਟੀ ਦੀ ਹੋ ਗਈ ਔਰੇ ਬੜੀ ਤਕੜੀ ਉਹ ਬਲਬਦੀ ਹੈ ਬਹੁਤ ਤਕੜੀ ਮੈਨੂੰ ਛੋਟੀ ਮੋਟੀ ਗੱਲ ਨਹੀਂ ਸਮਝਦਾ ਔਰ ਤੁਸੀਂ ਵੀ ਮੈਂ ਚਾਹੁੰਦਾ ਕਿ ਤੁਸੀਂ ਵੀ ਸਰੈਂਡਰ ਕਰਕੇ ਇਦੇ ਵਿੱਚ ਸ਼ਾਮਲ ਹੋਵੋ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣੋ ਔਰ ਮਾਪੇ ਦੀ ਬਹੁਤ ਤਕੜੀ ਜ਼ਿੰਮੇਵਾਰੀ ਆ ਇਹ ਕਾਰਨ ਇਲਾਜ ਦੇ ਵਿੱਚ ਦੇਰੀ ਦੇ ਮੈਂ ਕਿੰਨੇ ਸਾਲ ਕਹ ਆ 8 ਸਾਲ ਅੱਗੇ ਹੀ ਆਪਾਂ ਲੇਟ ਪਹੁੰਚੇ ਆ ਇੱਥੇ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਆਪਾਂ ਹੋਏ ਆ ਮੈਂ ਕਈ ਵੀਰਾਂ ਦੇ ਨਾਲ ਗੱਲਬਾਤ ਕਰਦਾ ਵਾਂ ਤਿੰਨ ਤਿੰਨ ਚਾਰ ਚਾਰ ਵਾਰੀ ਤੇ ਵਿਚਾਰੇ ਨਸ਼ਾ ਛਡਾਊ ਕੇਂਦਰਾਂ 'ਚ ਹੋਏ ਆ ਜਿਹੜਾ 2-3 ਵਾਰੀ ਨਸ਼ਾ ਛਡਾਊ ਕੇਂਦਰ 'ਚ ਹੋਇਆ ਉਹਦਾ ਤੇ ਵੈਸੇ ਹੀ ਵਿਚਾਰੇ ਦਾ ਅੰਦਰੋਂ ਅੱਧਾ ਮਾਰਿਆ ਗਿਆ ਉਹ ਵਿਚਾਰਾ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਇਹ ਤੇ ਪਤਾ ਨਹੀਂ ਆ ਕਿ ਇਹ ਬਿਮਾਰੀ ਆ ਉਹਨਾਂ ਨੂੰ ਬਸ ਇਹਨਾ ਹੁੰਦਾ ਵੀ ਬਸ ਬੰਦੇ ਦਾ ਨਸ਼ਾ ਹੀ ਦੂਰ ਕਰਨਾ ਹੈ ਕਿਸੇ ਤਰੀਕੇ ਕਰ ਦੋ ਭਾਵੇਂ ਕੋਟ ਮਾਰ ਕੇ ਕਰ ਦੋ ਮਜਬੂਰੀਆਂ ਦੇ ਵਿੱਚ ਜਦੋਂ ਇਹ ਤੇ ਉਸ ਤਰ੍ਹਾਂ ਹੁੰਦਾ ਕਿ ਕਿਸੇ ਦੀ ਤੁਸੀਂ ਜਖਮ ਦੇ ਉੱਤੇ ਪੱਟੀ ਕੀਤੀ ਹੋਵੇ ਤੇ ਖਿੱਚ ਕੇ ਪੱਟੀ ਲਾ ਦੋ ਬੜਾ ਦਰਦਨਾਕ ਆ ਬੜਾ ਪੇਨਫੁਲ ਆ ਇਹ ਤੇ ਮੈਂ ਜਾਣਦਾ ਮੈਂ ਬੜੇ ਬੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਆਇਆ ਮੈਨੂੰ ਪਤਾ ਮੇਰੇ ਕੋਲ ਜਦੋਂ ਨਵਾਂ ਨਵਾਂ ਮੈਂ ਇਸ ਪ੍ਰੋਗਰਾਮ ਦੇ ਚਾਹੇ ਮੇਰੇ ਤੇ ਬੜੇ ਭੂਤ ਸਵਾਰ ਹੋਏ ਸੀ ਮੈਂ ਬੜੀਆਂ ਬੜੀਆਂ ਥਾਵਾਂ ਤੇ ਹੋ ਗਿਆ ਵੇਖਿਆ ਮੇਰੇ ਦੋਸਤਾਂ ਦੇ ਵੀ ਆ ਤੋਂ ਮੈਨੂੰ ਪਤਾ ਉੱਥੇ ਕੀ ਕੁਝ ਹੁੰਦਾ ਤੇ ਬੜੇ ਮਾੜੇ ਹਾਲਾਤ ਆ ਸੋ ਆਪਾਂ ਬੜੇ ਲੱਕੀ ਆ ਆਪਾਂ ਇੱਕ ਚੰਗੀ ਥਾਂ ਦੇ ਉੱਤੇ ਆਏ ਆ ਔਰ ਸਾਨੂੰ ਪਤਾ ਲੱਗਦਾ ਪਿਆ ਕਿ ਇਹ ਬਿਮਾਰੀ ਆ ਤੁਸੀਂ ਭਾਵੇਂ ਜਿੱਡੇ ਮਰਜ਼ੀ ਕਈ ਵਾਰੀ ਇੱਥੇ ਡਾਕਟਰ ਹੁੰਦੇ ਆ ਮੈਂ ਉਹਨਾਂ ਨੂੰ ਪੁੱਛਦਾ ਮੈਂ ਕਹਾਂ ਡਾਕਟਰ ਸਾਹਿਬ ਕਦੀ ਪਹਿਲਾਂ ਸੁਣਿਆ ਹੀ ਇਹ ਬਿਮਾਰੀ ਹੈ ਤੁਹਾਡੇ ਬੱਚੇ ਨੂੰ ਬਿਮਾਰੀ ਆ ਉਹ ਕਹਿੰਦੇ ਨਾ ਸਾਨੂੰ ਨਹੀਂ ਪਤਾ ਕੀ ਇਹ ਬਿਮਾਰੀ ਐ ਡਾਕਟਰਾਂ ਨੂੰ ਵੀ ਨਹੀਂ ਪਤਾ ਇਹ ਬਿਮਾਰੀ ਹੈ ਐਡਿਕਸ਼ਨ ਨੂੰ ਤੇ ਆ ਹੁਣ ਜੇ ਆ ਕੇ ਥੋੜਾ ਜਿਆਦਾ ਇਹਦੇ ਬਾਰੇ ਅਵੇਅਰਨੈਸ ਸ਼ੁਰੂ ਹੋਈ ਆ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਫੋਰਨ ਕੰਟਰੀ ਦੇ ਵਿੱਚ ਲੋਕਾਂ ਨੂੰ ਪਤਾ ਫੋਰਨ ਕੰਟਰੀ ਤੇ ਮੈਂ ਕਈ ਵਾਰੀ ਸ਼ੇਅਰ ਕੀਤਾ ਮੇਰੇ ਦੋਸਤ ਰਹਿੰਦਾ ਕੈਨੇਡਾ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਕੀ ਕਰਨ ਦਿਆਂ ਕਹਿੰਦਾ ਮੈਂ ਸਾਈਕੀਆਟ੍ਰਿਸ ਕੋ ਆਇਆ ਤੇ ਮੈਨੂੰ ਇਹ ਹੁੰਦਾ ਸੀ ਕਿ ਜਾਂ ਕੋਈ ਦਿਮਾਗੀ ਪ੍ਰੋਬਲਮ ਹੋਗੀ ਤਾਂ ਸਾਈਕੀਆਟ੍ਰਿਸ ਕੋ ਜਾਣਾ ਪੈਂਦਾ ਹੋਊਗਾ ਜਾਂ ਕੋਈ ਨਸ਼ੇ 'ਚ ਬੰਦਾ ਫਸ ਜਾਏ ਤਾਂ ਜਾਣਾ ਪੈਂਦਾ ਹੋਊਗਾ ਤੇ ਉਹ ਉੱਥੇ ਟਰਾਲਾ ਚਲਾਉਂਦਾ ਪੈਸਾ ਬੜਾ ਕਮਾਉਂਦਾ ਦਿਨ ਰਾਤ ਹੀ ਟਰੱਕ ਚਲਾਈ ਜਾਂਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੈਨੂੰ ਕੀ ਲੋੜ ਪੈ ਗਈ ਸਾਈਕੀਆਟ੍ਰਿਸ ਕੋ ਆਉਣ ਦੀ ਕੋਈ ਨਸ਼ਾ ਨਸ਼ਾ ਕਰਨ ਲਾ ਪਿਆ ਕਹਿੰਦਾ ਨਹੀਂ ਯਾਰ ਘਰ ਦੀ ਬੜੀ ਯਾਦ ਆਉਂਦੀ ਪਈ ਤੇ ਮੇਰਾ ਪਸ਼ਾਬ ਬੰਦ ਹੋ ਗਿਆ ਘਰ ਦੀ ਯਾਦ ਓਨ ਕਰਕੇ ਤੇ ਮੈਂ ਕਹਾਂ ਫੇਰ ਤੂੰ ਕਿਸੇ ਐਸੇ ਡਾਕਟਰ ਕੋਲ ਜਾਣਾ ਹੀ ਜਿਹੜਾ ਤੇਰਾ ਯੂਰਨ ਪਾਸ ਕਰਵਾ ਦਿੰਦਾ ਤੂੰ ਸਾਈਕੀਆਟ੍ਰਿਸਟ ਕੋ ਕਿਉਂ ਆਇਆ ਕਹਿੰਦਾ ਇੰਨੇ ਹੀ ਪਾਸ ਕਰਾਉਣਾ ਸਮਝਦੇ ਪਏ ਤੁਸੀਂ ਗੱਲ ਨੂੰ ਸਾਰੀਆਂ ਬਿਮਾਰੀਆਂ ਦੀ ਜੜ ਜਿਹੜੀ ਆ ਉਹ ਦਿਮਾਗ ਤੋਂ ਸ਼ੁਰੂ ਹੁੰਦੀ ਆ ਕੋਈ ਵੀ ਚੀਜ਼ ਕਿਹੜੇ ਵੇਲੇ ਤੁਹਾਡੇ ਦਿਮਾਗ ਦੇ ਉੱਤੇ ਹਾਵੀ ਹੋ ਜਾਂਦੀ ਆ ਜਿਹੜੀ ਚੀਜ਼ ਹਾਵੀ ਹੁੰਦੀ ਆ ਉਹਨੂੰ ਕਹਿੰਦੇ ਆ ਉਹਨੂੰ ਕੰਮ ਦਾ ਨਸ਼ਾ ਲੱਗ ਗਿਆ ਆ ਕੰਮ ਦਾ ਨਸ਼ਾ ਸਭ ਤੋਂ ਮਾੜਾ ਪੈਸੇ ਦਾ ਨਸ਼ਾ ਸਭ ਤੋਂ ਮਾੜਾ ਸਾਰੇ ਨਸ਼ੇ ਆ ਪੈਸੇ ਦਾ ਨਸ਼ਾ ਕੰਮ ਦਾ ਨਸ਼ਾ ਹੰਕਾਰ ਦਾ ਨਸ਼ਾ ਰੁਤਬੇ ਦਾ ਨਸ਼ਾ ਕਈ ਬੰਦਿਆਂ ਨੂੰ ਕਈ ਕਈ ਤਰੀਕੇ ਦੇ ਨਸ਼ੇ ਹੋ ਜਾਂਦੇ ਆ ਕੁਰਸੀ ਦਾ ਨਸ਼ਾ ਜ਼ਮੀਨਾਂ ਦਾ ਨਸ਼ਾ ਪੜ੍ਹਾਈ ਦਾ ਨਸ਼ਾ ਬਸ ਜੀ ਬਸ ਸਹੀ ਗੱਲ ਕਹੀ ਬ੍ਰਾਦਰ ਸਾਹਿਬ ਵਾਵਾ ਕਰੂਣ ਦਾ ਨਸ਼ਾ ਕਈ ਮੈਂ ਵੇਖਿਆ ਬੰਦੇ ਉਹਨਾਂ ਨੂੰ ਐਸੇ ਐਸੇ ਨਸ਼ੇ ਲੱਗੇ ਆ ਔਰ ਆਤ ਨਸ਼ਾ ਡਾਇਗਨੋਸ ਹੋ ਗਿਆ ਨਾ ਤੇ ਜੇ ਕਿਸੇ ਨੂੰ ਧਰਮ ਦਾ ਨਸ਼ਾ ਲੱਗਿਆ ਉਹ ਡਾਇਗਨੋਸ ਵੀ ਨਹੀਂ ਹੋਣਾ ਔਰ ਉਹ ਵੀ ਲੱਗ ਜਾਂਦਾ ਜੇ ਉਹ ਵੀ ਲੱਗ ਜਾਂਦਾ ਹਰ ਚੀਜ਼ ਨੂੰ ਇੱਕ ਮਨਿਆਦ ਤੱਕ ਹੀ ਲੈਣਾ ਚਾਹੀਦਾ ਕਾਫੀ ਦਾ ਨਸ਼ਾ ਲੱਗ ਜਾਂਦਾ ਲੱਗ ਜਾਂਦਾ ਹੈ ਕਿ ਨਹੀਂ ਕਾਫੀ ਦੀ ਐਡਿਕਸ਼ਨ ਹੋ ਜਾਂਦੀ ਹੈ ਮੈਨੂੰ ਬੜੀ ਛੇਤੀ ਹੁੰਦੀ ਕਾਫੀ ਦੀ ਐਡਿਕਸ਼ਨ ਹੁਣ ਮੈਂ ਵੀਕ ਦੇ ਵਿੱਚ ਸਿਰਫ ਇੱਕ ਦਿਨ ਪੀਣਾ ਥੱਲੇ ਆਪਣੇ ਕੈਫੇ ਤੇ ਹੁੰਨਾ ਇੱਕ ਕਾਫੀ ਦਾ ਕੱਪ ਲੈਣਾ ਤੇ ਪੀਣਾ ਹਾਲੇਕਿ ਮੈਂ ਦੂਜਾ ਕੋਲਾ ਮੈਂ ਉੱਥੇ ਨਹੀਂ ਜਾਂਦਾ ਮੈਂ ਉੱਥੇ ਚੱਲ ਜਾਂਦੇ ਮੇਰੇ ਕੋ ਪੀਤੀ ਜਾਂਦੀ ਹੈ ਮੈਂ ਅਵੋਇਡ ਹੀ ਕਰਦਾ ਕਿਉਂਕਿ ਕਾਫੀ ਦਾ ਨਸ਼ਾ ਆਉਂਦਾ ਕੋਕ ਦਾ ਨਸ਼ਾ ਆਉਂਦਾ ਨਾ ਮੈਨੂੰ ਥਮ ਜਾਤ ਹੁੰਦਾ ਨਾ ਮੈਨੂੰ ਕਿਹੇ ਹੋਰ ਚੀਜ਼ ਤੋਂ ਹੁੰਦਾ ਕੋਕ ਤੋਂ ਹੁੰਦਾ ਪਤਾ ਨਹੀਂ ਕੀ ਗੱਲ ਕੋਕ ਦਾ ਨਸ਼ਾ ਹੋ ਜਾਂਦਾ ਹੋਰ ਨਹੀਂ ਕੁਝ ਮੈਂ ਕੋਕ ਹੀ ਪੀਵੀ ਜਣੀ ਸਾਰੀ ਸਾਰੀ ਦਿਹਾੜੀ ਨਾ ਥੰਮਸਪ ਤੋਂ ਨਾ ਪੈਪਸੀ ਤੋਂ ਨਾ ਕਿਹ ਹੋਰ ਜੀ ਤੋਂ ਕੋਕ ਤੋਂ ਹੁੰਦਾ ਬਸ ਕਿਉਂਕਿ ਹੁੰਦਾ ਹੋਊਗਾ ਉਹਦੇ ਵਿੱਚ ਜ਼ਿਆਦਾ ਕੁਝ ਆਪਾਂ ਨੂੰ ਪਤਾ ਨਹੀਂ ਨਾ ਆਪਾਂ ਪਤਾ ਲਾਉਣਾ ਅੱਛਾ ਤੁਸੀਂ ਗੱਲਾਂ ਤੇ ਮੇਰੀਆਂ ਐ ਸੀਰੀਅਸ ਹੋ ਕੇ ਸਾਰੇ ਸੁਣਣ ਦੇ ਜਿਵੇਂ ਸਾਰੀਆਂ ਗੱਲਾਂ ਮੰਨ ਲੈਣੀਆਂ ਹੁੰਦੀਆਂ ਹੈਂ ਮੈਨੂੰ ਪਤਾ ਮੰਨਣੀ ਇੱਕ ਨਹੀਂ ਇੱਥੇ ਥੱਲੇ ਤੁਸੀਂ ਜਾਣਾ ਉਹ ਗਈ ਆ ਕੱਪੜੇ ਕਪੜੇ ਝਾੜੇ ਤੇ ਚੱਲ ਉਹ ਗਈਆਂ ਗੱਲਾਂ ਗੇ ਗੱਲਾਂ ਦੀ ਕਿਹੜੀ ਗੱਲ ਆ ਵੈਸੇ ਤੁਹਾਨੂੰ ਇੱਕ ਗੱਲ ਦੱਸਾਂ ਜ਼ਿੰਦਗੀ ਗੱਲਾਂ ਨਹੀਂ ਬਦਲਨੀ ਜੇ ਮੇਰੀ ਵੀ ਗੱਲਾਂ ਨੇ ਬਦਲੀ ਹੀ ਤੇ ਤੁਹਾਡੀ ਵੀ ਗੱਲਾਂ ਨਹੀਂ ਬਦਲਣੀਆਂ ਕਿਉਂਕਿ ਹੋਰ ਕੋਈ ਹੱਲ ਹੈ ਨਹੀਂ ਜੇ ਹੁੰਦਾ ਤੇ ਆਪਾਂ ਵਰਤ ਲੈਂਦੇ ਤੁਹਾਡਾ ਕੀ ਨਾਂ ਹੈ ਹਰਦੀਪ ਚੰਦ ਹਰਦੀਪ ਸਿੰਘ ਜੀ ਆਓ ਇੱਕ ਮਿੰਟ